ਅੰਕਲ ਜੀ ਸਤਿ ਸ਼੍ਰੀ ਅਕਾਲ ਪੁੱਤਰਾ ਕਿੰਨਾ ਸਕੂਨ ਅੰਕਲ ਜੀ ਤੁਹਾਡੀ ਆਵਾਜ਼ ਦੇ ਵਿੱਚ ਸਕੂਨ ਤਾਂ ਪੁੱਤਰਾ ਬਾਣੀ ਦੇ ਵਿੱਚ ਹੈ ਮੇਰੀ ਆਵਾਜ਼ 'ਚ ਸਕੂਨ ਨਹੀਂ ਸੱਚ ਕਿ ਅੰਕਲ ਜੀ ਬੰਦਾ ਜੋ ਮਰਜ਼ੀ ਹਾਸਲ ਕਰ ਲਵੇ ਪਰ ਜੋ ਸਕੂਨ ਉਸ ਪਰਮਾਤਮਾ ਦੀ ਬਾਣੀ ਦੇ ਵਿੱਚ ਹੈ ਉਹ ਕਿਤੇ ਵੀ ਨਹੀਂ ਦੁਨੀਆਂ ਦਾ ਸਿਰਜਣਹਾਰ ਆ ਪੁੱਤਰਾ
ਬੰਦੇ ਦੇ ਕੀਤਿਆਂ ਕੱਖ ਨਹੀਂ ਹੁੰਦਾ ਮੱਲਾ, ਬੰਦਾ ਤਾਂ ਬਸ ਖਿਡਾਉਣਾ ਹੈ। ਕੀ ਗੱਲ ਅੰਕਲ, ਤੁਸੀਂ ਚੁੱਪ ਕਿਉਂ ਕਰ ਗਏ? ਮੈਂ ਜਦੋਂ ਦਾ ਵੀ ਇੱਥੇ ਕੰਮ ਕਰਨਾ ਸ਼ੁਰੂ ਕੀਤਾ ਹੈ, ਮੈਂ ਦੇਖ ਰਿਹਾ ਕਿ ਨਾ ਤਾਂ ਕੋਈ ਇਹਨਾਂ ਦੇ ਸਾਹਮਣੇ ਬੋਲਦਾ ਅਤੇ ਨਾ ਹੀ ਕੋਈ ਇਹਨਾਂ ਨਾਲ ਗੱਲ ਕਰਦਾ। ਇਹੋ ਜਿਹੀ ਵੀ ਕਿਹੜੀ ਗੱਲ ਹੈ? ਇਹ ਇਨਸਾਨ ਪਤਾ ਨਹੀਂ ਦੁੱਖਾਂ ਦਾ ਕਿਹੜਾ ਸਮੁੰਦਰ ਆਪਣੇ ਅੰਦਰ ਲੁਕੋਈ ਫਿਰਦਾ। ਨਾ ਤਾਂ ਇਹ ਕਿਸੇ ਨਾਲ ਗੱਲ ਕਰਦਾ, ਕਈ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਕੁਝ ਦੱਸਦਾ ਹੀ ਨਹੀਂ। ਸਾਡੇ ਸਾਰਿਆਂ ਦਾ ਹੀ ਇਹ ਸਵਾਲ ਹੈ ਜਿਹਦਾ ਜਵਾਬ ਨਹੀਂ ਲੱਭ ਰਿਹਾ ਅਤੇ ਲੱਗਦਾ ਜਵਾਬ ਲੱਭਣਾ ਵੀ ਨਹੀਂ। ਪਰ ਇਸ ਸਵਾਲ ਦਾ ਜਵਾਬ ਮੈਂ ਜਾਣ ਕੇ ਰਹੂੰਗਾ। ਸ਼ੁਭਕਾਮਨਾਵਾਂ ਪੁੱਤਰਾ, ਪਰ ਸ਼ਾਂਤ ਰਹਿਣ ਵਾਲੇ ਇਨਸਾਨ ਬਹੁਤ ਖਤਰਨਾਕ ਹੁੰਦੇ ਨੇ, ਖਿਆਲ ਰੱਖੀਂ। ਚੰਗਾ ਜੀ। ਛੇਤੀ ਸ਼ੋਭਤ ਸਤਿਕਾਰਯੋਗ ਸੱਜਣੋ, ਸਾਰਿਆਂ ਦਾ ਸਭ ਤੋਂ ਪਹਿਲਾਂ ਧੰਨਵਾਦ ਹੈ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢਿਆ। ਆਪਾਂ ਅਕਸਰ ਇਹ ਗੱਲ ਕਰਦੇ ਹਾਂ ਕਿ ਸਾਡੀ ਇੱਕ ਸ਼ਖਸੀਅਤ ਸਰਦਾਰ ਹਰਜੋਤ ਸਿੰਘ ਕਿਉਂ ਨਹੀਂ ਗੱਲ ਕਰਦੇ, ਕੀ ਦੁੱਖ ਹੈ। ਆਪਣੇ ਵੱਲੋਂ ਮੈਂ ਵੀ ਟਟੋਲਣ, ਤੁਸੀਂ ਵੀ ਲੱਭਣ ਦਾ ਯਤਨ ਕੀਤਾ ਪਰ ਗੱਲ ਨਾ ਬਣੀ। ਅੱਜ ਉਹ ਦਿਨ ਆ ਗਿਆ ਹੈ ਤੁਹਾਡੇ ਮੇਰੇ ਆਪਣੇ ਸਾਰਿਆਂ ਦੇ ਸਵਾਲ ਦਾ ਜਵਾਬ ਅੱਜ ਖੁਦ ਸਰਦਾਰ ਹਰਜੋਤ ਸਿੰਘ ਹੋਰੀ ਦੇਣਗੇ। ਤੁਹਾਡੇ ਸੰਗ ਹੋਣ ਸਰਦਾਰ ਹਰਜੋਤ ਸਿੰਘ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੁਸੀਬਤਾਂ ਮਜਬੂਰੀਆਂ ਕਿਸ ਤਰ੍ਹਾਂ ਇਨਸਾਨ 'ਤੇ ਭਾਰੀ ਪੈ ਕੇ ਉਹਨੂੰ ਗਲਤ ਰਸਤੇ 'ਤੇ ਚੱਲਣ ਲਈ ਮਜਬੂਰ ਕਰ ਦਿੰਦੀਆਂ ਨੇ। ਦੋਸਤੋ, ਮੈਂ ਵੀ ਇੱਕ ਛੋਟੇ ਜਿਹੇ ਪਰਿਵਾਰ ਪਿੰਡ ਆਲਮਗੀਰ ਦਾ ਰਹਿਣ ਵਾਲਾ ਸੀ। ਬਹੁਤ ਖੁਸ਼ ਸੀ ਅਸੀਂ। ਨਾ ਗੱਲ ਸੁਣ ਵੇ ਡੋਲੂ ਆ,
बापू की गल बड़ा खुश लगता अज खुश होवा ना मेरी निमी का रिश्ता होने लगे ओ अच्छा मैं फिर करा तैयारियां हां नाले सुख नु कह बन गई गल आहो मुंडे ने देखना आ रहे निमी नु ओनु छेती तैयार कर जाके शुक्र है दातिया साडे घर भी खुशियां आने लगियां ने ओ डोलुआ तू गल सुन हां जी ओ रब दे वास्ते तू अपने आप नु अज चंगी तरह मांज ली चंगा बापू बापू दा लगदा छेती आ ओ मांजू ता जे को मेरे कपड़े लाऊ वीरे मैं किदा लगदा पे मेरी पग आ कुर्ता आ जुत्ती ओ बल्ले 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 डोलू साडा डोलू ता अज मांजे होए डोलू वांगू चमक रिया है पग ना खराब करो ओ डोलू ओ पीड़ी ता ले जा अपनी हाय हाय नी मेरी निम्मी ता चांदे चकोर वर्गी लग रही है किते वेखण वाले अज ही ना व्याह के ले जान की है पल्ले बाबू ए ता सवेर दी तैयार बैठी है ना जान लई चुप करनी एमी मरी जांदे हो देखो ना भाभी सवेर दी तंग कर रही ने मेनू वेख ना भाभी हुन किदा शर्मांदी भी ओ भाभी मुंडे वाले आ गए तू चल मैं निम्मी नु लेके आनी आ चलिए परमात्मा कराउंदा बंदा जरिया बनदा रौनकी रामा गल्लां ही करदा रहेगा कि मैनू मेरी नौ नाल भी मिलाएगा बिलकुल सूरजमुखी दे फुल वर्गी आ बिलकुल सही क्या साडी निम्मो केड़ा किसे फुल नाल घट है अच्छा जी जे फिर दोहे घर राजी ने फिर करवाइए मुंह मिठा जी हां जी हां जी हां लो लो ਕਰਤਾਰ ਸਿੰਘ ਉਹ ਕਰਤਾਰ ਸਿੰਘ ਅਰੇ ਉਹ ਤਾਂ ਰੁਕ ਮੈਂ ਦੇਖਦਾ ਤੁਸੀਂ ਕਰਾਓ ਇਹਨਾਂ ਮੂੰਹ ਮਿੱਠਾ ਕੌਣ ਆ ਗਿਆ ਭਾਈ ਉਹ ਕਰਤਾਰ ਸਿੰਘ ਸਤਿ ਸ਼੍ਰੀ ਅਕਾਲ ਜੀ ਦੱਸੋ ਬਰੰਟ ਆਇਆ ਤੁਹਾਡੇ ਬਰੰਟ ਮੇਰੇ ਕਾਹਦੇ ਬਰੰਟ ਕਾਹਦੇ ਬਰੰਟ ਦੱਸੋ ਸਾਰੇ ਇਹਨਾਂ ਨੂੰ ਦੇਖ ਤਾਂ ਸਹੀ ਜਿਵੇਂ ਕੁਝ ਪਤਾ ਨਾ ਹੋਵੇ ਕਿ ਨਾ ਭੋਲਾ ਬਣਦਾ ਉਸ ਕਰਜ਼ੇ ਦੇ ਵਰੰਟਾਂ ਜਿਹੜਾ ਤੂੰ ਬੈਂਕ ਤੋਂ ਲਿਆ ਸੀ ਤੇ ਮੋੜਨ ਦਾ ਨਾ ਹੀ ਨਹੀਂ ਲੈ ਰਿਹਾ ਹੌਲੀ ਬੋਲੋ ਜੀ ਅੰਦਰ ਸਾਡੇ ਪ੍ਰਾਹੁਣੇ ਆਏ ਹੋਏ ਨੇ ਮੇਰੀ ਬੇਇੱਜ਼ਤੀ ਹੋ ਜੂਗੀ ਮੈਂ ਤੁਹਾਡੇ ਸਾਰੇ ਪੈਸੇ ਮੋੜ ਦੂੰ ਮੈਨੂੰ ਥੋੜ੍ਹਾ ਜਿਹਾ ਸਮਾਂ ਬਸ ਹੋਰ ਦੇ ਦਿਓ ਦੇ ਕਰਤਾਰ ਸਿੰਘ ਬੈਂਕ ਤੈਨੂੰ ਪਹਿਲਾਂ ਹੀ ਬਹੁਤ ਸਮਾਂ ਦੇ ਚੁੱਕਿਆ ਮੈਂ ਇੱਕ ਮਿੰਟ ਆਇਆ ਅੰਦਰ ਮੇਰੀ ਧੀ ਨੂੰ ਦੇਖਣ ਮੁੰਡੇ ਆਏ ਹੋਏ ਨੇ ਮੈਨੂੰ 15 ਦਿਨ ਦੇ ਦਿਓ ਮੈਂ ਸਾਰਾ ਕਰਜ਼ਾ ਮੋੜ ਦੇਵਾਂਗਾ ਉਹ ਜਦੋਂ ਇੰਨੇ ਦਿਨਾਂ 'ਚ ਨਹੀਂ ਕੁਝ ਕਰ ਸਕਿਆ ਹੁਣ ਆ 15 ਦਿਨਾਂ 'ਚ ਕੀ ਕਰ ਲਏਗਾ ਹੈ ਕੀ ਗੱਲ ਹੋ ਗਈ ਸਾਹਿਬ ਜੀ ਮਸਾਂ ਮਸਾਂ ਮੇਰੀ ਭੈਣ ਦਾ ਰਿਸ਼ਤਾ ਕੈਨੇਡਾ ਪੱਕਾ ਹੋਣ ਲੱਗਾ ਸਾਨੂੰ 1-2 ਦਿਨ ਦਾ ਟਾਈਮ ਦੇ ਦਿਓ ਅਸੀਂ ਤੁਹਾਡੇ ਸਾਰੇ ਪੈਸੇ ਵਾਪਸ ਕਰ ਦਾਂਗੇ ਅੱਛਾ ਕਿਉਂ ਭੈਣ ਨੂੰ ਪੈਸਿਆਂ ਪਿੱਛੇ ਤਾਂ ਨਹੀਂ ਕੈਨੇਡਾ ਵਿਆਹ ਰਿਹਾ ਜ਼ਬਾਨ ਸੰਭਾਲ ਕੇ ਗੱਲ ਕਰੋ ਏ ਓ ਹੌਲੀ ਬੋਲ ਇਹਨੂੰ ਮਾਫ ਕਰ ਦਿਓ ਜੀ ਮੈਂ ਮਾਫੀ ਮੰਗਦਾ ਸਾਨੂੰ ਥੋੜ੍ਹੇ ਦਿਨ ਦੇ ਦਿਓ ਅਸੀਂ ਸਾਰਾ ਕਰਜ਼ਾ ਲਾ ਦੇਵਾਂਗੇ ਚਲੋ ਠੀਕ ਆ ਤੁਹਾਨੂੰ 15 ਦਿਨਾਂ ਦਾ ਸਮਾਂ ਦਿੱਤਾ 15 ਦਿਨਾਂ ਦੇ ਅੰਦਰ ਅੰਦਰ ਜਾਂ ਤਾਂ ਪੈਸੇ ਪਹੁੰਚਾ ਦਿਓ ਨਹੀਂ ਤਾਂ ਤੁਹਾਡੀ ਜ਼ਮੀਨ ਦੀ ਨਿਲਾਮੀ ਕੀਤੀ ਜਾਊਗੀ ਗੌਰ ਨਾਲ ਸੁਣ ਲਓ ਫੇਰ ਕਹੋਗੇ ਦੱਸਿਆ ਨਹੀਂ ਓਏ ਕਰ ਲਓ ਪੈਸੇ ਤਿਆਰ ਜ਼ਮੀਨ ਬੜੀ ਘੈਂਟ ਹੈ ਨਾ ਦੀ ਲੱਗਦਾ ਲੈਣੇ ਦੇਣੇ ਵਾਲੇ ਆਏ ਇਹਨਾਂ ਦੇ ਬੂਹੇ ਕਰਜ਼ੇ ਦਾ ਚੱਕਰ ਹੋਣਾ ਕੋਈ ਕੋਈ ਗੱਲ ਨਹੀਂ ਭੈਣ ਜੀ ਤੁਸੀਂ ਕਾਹਤੋਂ ਖੜੇ ਹੋ ਗਏ ਮੂੰਹ ਮਿੱਠਾ ਕਰਾ ਤੂੰ
ਆ ਲਓ ਭੈਣ ਜੀ ਮੂੰਹ ਮਿੱਠਾ ਕਰੋ ਹਾਲੇ ਕੋਈ ਕਸਰ ਰਹਿ ਗਈ ਆ ਭੈਣ ਜੀ ਮੇਰੀ ਗੱਲ ਤਾਂ ਸੁਣੋ ਤੁਸੀਂ ਮੈਂ ਕੀ ਗੱਲ ਸੁਣਾ ਤੇਰੀ ਮੇਰੇ ਪੁੱਤ ਲਈ ਇਹੋ ਘਰ ਰਹਿ ਗਏ ਸੀ ਨੰਗਾ ਮਲੰਗਾ ਦਾ ਮੈਂ ਬਹੁਤ ਸ਼ਰਮਿੰਦਾ ਮੈਨੂੰ ਮਾਫ ਕਰ ਦੇ ਚੰਗਾ ਮੈਂ ਚੱਲਦਾ ਸਤਿ ਸ਼੍ਰੀ ਅਕਾਲ ਮਸਾ ਮਸਾ ਇਕਾਸ ਦੀ ਕਿਰਨ ਦੀ ਕੀ ਸੀ ਪਤਾ ਨੀ ਮੇਰੇ ਘਰ ਦੀਆਂ ਖੁਸ਼ੀਆਂ ਨੂੰ ਕਿਹਦੀ ਨਜ਼ਰ ਲੱਗ ਗਈ ਸੰਭਾਲ ਆਪਣੇ ਆਪ ਨੂੰ ਹਰਜੋਤ ਤੁਸੀਂ ਰੋਕੋ ਮੁੰਡੇ ਨੂੰ ਕੁਛ ਕਰ ਨਾ ਲਵੇ ਘਰ ਦੇ ਬੂਹੇ ਤੋਂ ਖੁਸ਼ੀਆਂ ਮੁੜ ਗਈਆਂ ਮੈਂ ਉਹਨਾਂ ਨੂੰ ਖਰੀਦਣ ਦੀ ਔਕਾਤ ਬਣਾ ਨਾ ਸਕਿਆ ਮੈਨੂੰ ਮਾਫ ਕਰੀ ਭੈਣੇ ਤੇਰੇ ਟੁੱਟਦੇ ਸੁਪਨਿਆਂ ਨੂੰ ਮੈਂ ਬਚਾ ਨਾ ਸਕਿਆ ਤੂੰ ਹੱਸਦੀ ਹੱਸਦੀ ਰੋ ਪਈ ਮੈਂ ਫਿਰ ਹੱਸਾ ਨਾ ਸਕਿਆ ਤੈਨੂੰ ਲੱਖਾਂ ਦੀ ਪੋਸ਼ਾਕ ਪਵਾ ਕੇ ਤੋਰਨਾ ਸੀ ਮੈਂ ਤੇਰਾ ਛੋਟਾ ਜਿਹਾ ਘਰ ਵੀ ਵਸਾ ਨਾ ਸਕਿਆ ਸਾਡੇ ਕੋਲ ਇੱਕ ਰਾਸਤਾ ਹੈ ਜੇ ਆਪਾਂ ਹਰਜੋਤ ਨੂੰ ਬਾਹਰ ਭੇਜ ਦਈਏ ਆਹ ਠੀਕ ਰਹੂਗਾ ਗੁਰਮੀਤ ਬੈਂਕ ਵਾਲੇ ਨੇ ਸਾਨੂੰ 15 ਦਿਨ ਦਾ ਟਾਈਮ ਦਿੱਤਾ ਹੈ 15 ਦਿਨਾਂ ਬਾਅਦ ਸਾਡੀ ਜ਼ਮੀਨ ਨਿਲਾਮ ਹੋਣ ਜਾ ਰਹੀ ਹੈ ਨਾਲੇ ਕੈਨੇਡਾ ਜਾਣ ਲਈ ਸਾਡੇ ਕੋਲ ਹਾਈ ਕੀ ਸੀਰਾ ਉਹ ਚਾਚਾ ਇੱਕ ਹੱਲ ਹੈ ਮੇਰੇ ਕੋਲ ਜੇ ਆਪਾਂ ਆਪਣਾ ਸਾਂਝੇ ਦਾ ਪਲਾਟ ਵੇਚ ਦਈਏ ਇਹਦੇ ਨਾਲ ਤੁਹਾਡਾ ਬੈਂਕ ਦਾ ਮਸਲਾ ਵੀ ਹੱਲ ਹੋ ਜੂ ਤੇ ਆਪਣਾ ਹਰਜੋਤ ਵੀ ਬਾਹਰ ਚਲਾ ਜਾਊ ਜੇ ਕਿਤੇ ਪੈਸੇ ਥੁੜਦੇ ਦਿਖੇ ਉਹ ਮੈਂ ਤੇ ਗੁਰਪ੍ਰੀਤ ਦੇਖ ਲਵਾਂਗੇ ਤੇ ਬਾਕੀ ਆਪਣਾ ਹਰਜੋਤ ਵੀ ਕੁਛ ਕਰੋ ਹੀ ਬਾਹਰ ਜਾ ਕੇ ਉਹ ਤਾਂ ਗੱਲ ਠੀਕ ਹੈ ਪਰ ਮੈਂ ਬਾਹਰ ਜਾਊਂਗਾ ਕਿਵੇਂ ਹਰਜੋਤ ਕਿੱਦਾਂ ਦੀਆਂ ਗੱਲਾਂ ਕਰਦਾ ਤੂੰ ਤੂੰ ਪੜ੍ਹਿਆ ਲਿਖਿਆ ਤੇ ਗੱਲਬਾਤ ਵੀ ਚੰਗੀ ਕਰ ਲੈਂਦਾ ਦੇਖ ਵੀਰੇ ਸਾਡੇ ਕੋਲ ਇੱਕੇ ਤਰੀਕਾ ਤੈਨੂੰ ਵਿਆਹ ਕਰਾ ਕੇ ਹੀ ਬਾਹਰ ਜਾਣਾ ਪੈਣਾ ਨਹੀਂ ਸ਼ੇਰਾ ਇਹ ਨਹੀਂ ਹੋ ਸਕਦਾ ਮੈਂ ਆਪਣੀ ਨੂੰਹ ਨੂੰ ਆਪਣੀ ਨਿੰਮੀ ਧੀ ਨੂੰ ਵੱਧ ਪਿਆਰ ਕਰਦਾ ਇਸ ਕੰਮ ਲਈ ਮੇਰੀ ਜ਼ਮੀਰ ਨਹੀਂ ਮੰਨਦੀ ਉਹ ਚਾਚਾ ਉਹ ਵਿਆਹ ਤਾਂ ਉੱਥੇ ਪੱਕੇ ਹੁਣ ਤੱਕ ਹੀ ਸੀਮਿਤ ਆ ਦੇਖ ਹਰਜਿੰਦਰ ਕੱਚਾ ਭਾਵੇਂ ਪੱਕਾ ਪਰ ਮੈਂ ਆਪਣੇ ਸੁੱਖ ਦਾ ਸਾਥ ਨਹੀਂ ਛੱਡ ਸਕਦਾ ਦੇਖੋ ਚਾਚਾ ਜੀ ਜੇ ਹਰਜੋਤ ਬਾਹਰ ਜਾ ਕੇ ਪੱਕਾ ਹੋ ਗਿਆ ਤਾਂ ਤੁਹਾਡੇ ਸਾਰੇ ਮਸਲੇ ਹੱਲ ਹੋ ਜਾਣੇ ਆ ਸਾਡਾ ਕੰਮ ਹੈ ਸਲਾਹ ਦੇਣਾ ਬਾਕੀ ਜਿੱਦਾਂ ਤੁਹਾਨੂੰ ਠੀਕ ਲੱਗੇ ਸਾਨੂੰ ਦੱਸ ਦਿਓ ਚਾਚਾ ਕੋਈ ਹੋਰ ਰਾਹ ਹੈ ਵੀ ਨਹੀਂ ਜੋ ਵੀ ਫੈਸਲਾ ਲੈਣਾ ਹੋਵੇ ਸੋਚ ਸਮਝ ਕੇ ਤੇ ਜਲਦੀ ਗੁਰਦਿਆਲ ਕੁਰੇ ਕਹਿਣ ਨੂੰ ਤਾਂ ਅਸੀਂ ਆਉਂਦਾ ਤੇ ਹਾਂ ਪਰ ਮੈਂ ਆਪਣੇ ਪੁੱਤ ਨੂੰ ਪੜ੍ਹਾ ਲਿਖਾ ਕੇ ਚਾਹੀਦੀ ਨੌਕਰੀ ਨਹੀਂ ਲਵਾ ਸਕਿਆ ਧੀ ਦਾ ਰਿਸ਼ਤਾ ਕਰਨ ਲੱਗੇ ਸੀ ਉਹ ਨਹੀਂ ਸਿਰੇ ਚੜਿਆ ਮੈਂ ਸੋਚਦਾ ਜਿਹੜੀ ਅੱਜ ਗੁਰਮੀਤ ਹੋਰੀ ਸਲਾਹ ਦੇ ਗਏ ਨੇ ਜੇ ਸਾਡਾ ਹਰਜੋਤ ਵਿਆਹ ਨਾ ਹੁੰਦਾ ਤਾਂ ਕਿਸੇ ਬਾਹਰਲੀ ਕੁੜੀ ਨਾਲ ਰਿਸ਼ਤਾ ਕਰਕੇ ਕੈਨੇਡਾ ਭੇਜ ਦਿੰਦੇ ਨਾ ਜੀ ਨਾ ਵਿਗਾਨੀ ਧੀ ਨੇ ਕਿਸੇ ਦਾ ਕੀ ਵਿਗਾੜਿਆ ਉਹ ਤਾਂ ਰੁੱਲ ਜੂਗੀ ਨਾਲੇ ਘਰ ਵਾਲੇ ਤੋਂ ਬਿਨਾਂ ਧੀ ਵੀ ਖਾ ਦੇ ਜੂਗੀ ਆ ਗੱਲ ਤਾਂ ਮੈਂ ਤੇਰੀ ਸਮਝਦਾ ਦਿਆਲ ਕੁਰੇ ਸਾਨੂੰ ਕਿਸਮਤ ਨਾਲ ਇੰਨੀ ਚੰਗੀ ਨੂੰਹ ਮਿਲ ਗਈ ਪਰ ਮੈਂ ਇਹ ਸੋਚਦਾ ਜੇ ਸਾਡਾ ਪੁੱਤ ਕੈਨੇਡਾ ਚਲੇ ਜਾਂਦਾ ਤਾਂ ਸਾਡੇ ਘਰ ਦੀ ਹਾਲਤ ਸੁਧਰ ਜਾਂਦੀ ਫਿਰ ਜੋ ਕੁਝ ਬੰਦਾ ਜ਼ਿੰਦਗੀ 'ਚ ਨਹੀਂ ਕਰ ਸਕਦਾ
ਉਹਦੇ ਮਨ ਚ ਹੁੰਦਾ ਹੈ, ਇਹੀ ਤਾਂ ਬੇਬਸੀ ਹੁੰਦੀ ਹੈ। ਚਲੋ ਜੋ ਦਾਤੇ ਨੂੰ ਮਨਜ਼ੂਰ, ਜੋ ਉਹਨੇ ਕਿਸਮ ਚ ਲਿਖਿਆ। ਪਰ ਮੈਂ ਸੋਚਦਾ ਜੇ ਸਾਡਾ ਪੁੱਤ ਕੈਨੇਡਾ ਚਲੇ ਜਾਂਦਾ ਤਾਂ ਸਾਡੇ ਘਰ ਦੀ ਹਾਲਤ ਸੁਧਰ ਜਾਂਦੀ। ਖੈਰ ਜੋ ਕੁਝ ਬੰਦਾ ਜ਼ਿੰਦਗੀ 'ਚ ਨਹੀਂ ਕਰ ਸਕਦਾ ਉਹਦੇ ਮਨ 'ਚ ਹੁੰਦਾ, ਇਹੀ ਤਾਂ ਬੇਬਸੀ ਹੁੰਦੀ ਹੈ। ਪਰ ਮੈਂ ਸੋਚਦਾ ਜੇ ਸਾਡਾ ਪੁੱਤ ਕੈਨੇਡਾ ਚਲੇ ਜਾਂਦਾ ਤਾਂ ਸਾਡੇ ਘਰ ਦੀ ਹਾਲਤ ਸੁਧਰ ਜਾਂਦੀ। ਖੈਰ ਜੋ ਕੁਝ ਬੰਦਾ ਜ਼ਿੰਦਗੀ 'ਚ ਨਹੀਂ ਕਰ ਸਕਦਾ ਉਹਦੇ ਮਨ 'ਚ ਹੁੰਦਾ, ਇਹੀ ਤਾਂ ਬੇਬਸੀ ਹੁੰਦੀ ਹੈ। ਪੁੱਤ ਸੁੱਖ ਨਹੀਂ ਉੱਠੀ, ਢਿੱਲੀ ਆ ਕੁਛ। ਨਹੀਂ ਬੇਬੇ, ਸੁੱਖ ਤਾਂ ਕਦੋਂ ਦੀ ਉੱਠੀ ਆ? ਸੁੱਖ, ਉਹ ਸੁੱਖ ਕੋਈ ਨੀ, ਆ ਜਾਂਦੀ ਹੈ, ਤੂੰ ਰੋਟੀ ਖਾ ਨਾ। ਕੀ ਗੱਲ ਹੈ, ਕਿਉਂ ਕੰਨ ਖਾਦੇ ਆ? ਸੁੱਖ, ਤੂੰ ਬੋਲਦੀ ਕਿਵੇਂ ਆ? ਅੱਛਾ, ਹੁਣ ਮੇਰਾ ਬੋਲਣਾ ਵੀ ਪਸੰਦ ਨਹੀਂ? ਕਿਉਂ ਮੈਨੂੰ ਦੁਖੀ ਨੂੰ ਹੋਰ ਦੁਖੀ ਕਰਨ ਲੱਗੀ ਹੈ? ਦੁਖੀ ਤੂੰ ਨੀ, ਦੁਖੀ ਮੈਂ ਆ। ਮੈਨੂੰ ਤਾਂ ਅੱਜ ਇਸ ਘਰ ਦੀ ਅਸਲੀਅਤ ਪਤਾ ਲੱਗੀ ਹੈ। ਅੱਜ ਤਾਂ ਭੈਣ ਦਾ ਰਿਸ਼ਤਾ ਟੁੱਟਿਆ, ਕੱਲ ਪਤਾ ਨੀ ਮੈਨੂੰ ਨਾ ਘਰ ਘਰ ਜਾ ਕੇ ਮੰਗਣਾ ਪਵੇ। ਤੂੰ ਸਾਡੀ ਗੱਲ ਚ ਨਾ, ਸਾਤ ਤੈਨੇ ਕੀ ਦੇਣਾ? ਬਸ ਇਹੀ ਕਸਰ ਰਹਿ ਗਈ ਸੀ, ਅੱਜ ਤਾਂ ਥੱਪੜ ਮਾਰਿਆ, ਕੱਲ ਨੂੰ ਪਤਾ ਨੀ ਕੀ ਕਰੇਗਾ। ਤੈਨੂੰ ਕੀ ਸਮਝਦਾ ਸੀ, ਤੇਰੀ ਜ਼ੁਬਾਨ ਤਾਂ ਰਬੜ ਵਾਂਗੂ ਵੱਧਦੀ ਜਾ ਰਹੀ ਹੈ। ਮੈਂ ਇਸ ਘਰ ਚ ਨਹੀਂ ਰਹਿ ਸਕਦੀ। ਤੂੰ ਇੱਥੇ ਰਹਿ ਵੀ ਨਹੀਂ ਸਕਦੀ, ਨਿਕਲ ਜਾ ਘਰੋਂ ਬਾਹਰ। ਇੱਥੇ ਰਹਿਣਾ ਵੀ ਕੌਣ ਚਾਹੁੰਦਾ ਹੈ? ਨਾਲੇ ਸੁਣ ਲੈ, ਮੈਂ ਇਸ ਘਰ ਵਿੱਚ ਮੁੜ ਕੇ ਨਹੀਂ ਆਉਂਗੀ। ਕਰੇ ਕੋਈ ਤੇ ਪਵੇ ਕੋਈ। ਇਹ ਕੀ ਹੋਇਆ? ਸਮਝ ਨਹੀਂ ਆਉਂਦੀ ਕਿਹਦੀ ਨਜ਼ਰ ਲੱਗ ਗਈ ਇਸ ਘਰ ਨੂੰ। ਸੁੱਖ, ਧੀਏ, ਇੰਨਾ ਚਿਰ ਹੋ ਗਿਆ ਤੈਨੂੰ ਇਸ ਘਰ 'ਚ ਆਈ ਨੂੰ। ਤੈਨੂੰ ਕਦੇ ਉੱਚੀ ਸਾਹ ਲੈਂਦੇ ਨਹੀਂ ਸੁਣਿਆ, ਪਰ ਅੱਜ ਸਾਰਾ ਆਪਾਂ ਸਾਨੂੰ ਪਤਾ ਤੂੰ ਕਿਉਂ ਕਰ ਰਹੀ ਹੈ। ਜੇ ਤੁਹਾਨੂੰ ਸਭ ਪਤਾ ਹੈ ਤਾਂ ਤੁਹਾਨੂੰ ਮੇਰੀ ਸੌਂ, ਤੁਸੀਂ ਹਰਜੋਤ ਨੂੰ ਕੁਛ ਨਹੀਂ ਦੱਸੋਗੇ। ਮੈਂ ਇਸ ਘਰ ਦੇ ਹਾਲਾਤ ਨਹੀਂ ਦੇਖ ਸਕਦੀ, ਇਹ ਸਭ ਮੈਂ ਹਰਜੋਤ ਲਈ ਕਰ ਰਹੀ ਹਾਂ। ਸਾਨੂੰ ਪਤਾ ਸੀ, ਪਰ ਇਹ ਜ਼ਿੰਦਗੀ ਦਾ ਬਹੁਤ ਵੱਡਾ ਫੈਸਲਾ, ਤੂੰ ਇੱਕ ਵਾਰੀ ਫੇਰ ਸੋਚ ਲੈ। ਬੇਬੇ, ਮੈਂ ਸਭ ਸੋਚ ਲਿਆ। ਬਾਪੂ ਜੀ, ਮੈਂ ਤੁਹਾਨੂੰ ਸਾਰਿਆਂ ਨੂੰ ਘੁੱਟ ਘੁੱਟ ਕੇ ਮਰਦੇ ਨਹੀਂ ਦੇਖ ਸਕਦੀ। ਜੇ ਮੇਰੇ ਇਹ ਸਭ ਕਰਨ ਨਾਲ ਇਸ ਘਰ ਦੀਆਂ ਖੁਸ਼ੀਆਂ ਵਾਪਸ ਆਉਂਦੀਆਂ ਨੇ ਤਾਂ ਮੈਨੂੰ ਇਹ ਸਭ ਮਨਜ਼ੂਰ ਹੈ। ਔਰ ਤੇ ਮੈਂ ਤੈਨੂੰ, ਬਾਪੂ ਜੀ, ਹੁਣ ਮੈਨੂੰ ਰੋਕਿਓ ਨਾ। ਅਸੀਂ ਤਾਂ ਪੁੱਤ ਤੈਨੂੰ ਜਾ ਕੇ ਵੀ ਨਹੀਂ ਰੋਕ ਸਕੇ। ਮਜਬੂਰੀਆਂ ਇਨਸਾਨ ਤੋਂ ਕੀ ਕਰਵਾਉਂਦੀਆਂ ਨੇ। ਮਜਬੂਰੀਆਂ ਨੇ ਇਹੋ ਜਿਹੇ ਫੈਸਲੇ ਕਰਵਾਏ ਕਿ ਜ਼ਿੰਦਗੀ ਦੇ ਰਾਹ ਹੀ ਬਦਲ ਗਏ ਸੀ। ਬਾਪੂ, ਬਾਪੂ, ਹਾਂ ਪੁੱਤ, ਮੈਂ ਕੈਨੇਡਾ ਜਾਣ ਲਈ ਤਿਆਰ ਹਾਂ। ਤੂੰ ਜਾ ਕੇ ਗੁਰਮੀਤ ਨਾਲ ਗੱਲ ਕਰਿਆ। ਹਾਂ ਪੁੱਤ, ਹੁਣ ਮੈਨੂੰ ਵੀ ਇਹੀ ਲੱਗਦਾ। ਤੂੰ ਫਿਕਰ ਨਾ ਕਰ, ਮੈਂ ਗੁਰਮੀਤ ਨਾਲ ਗੱਲ ਕਰਦਾ, ਨਾਲੇ ਤੇਰੇ ਪੈਸਿਆਂ ਦਾ ਇੰਤਜ਼ਾਮ ਕਰਦਾ। ਠੀਕ ਹੈ ਬਾਪੂ। ਵਾਹ ਦਾਤਿਆ, ਪਤਾ ਨਹੀਂ ਤੈਨੂੰ ਕੀ ਮਨਜ਼ੂਰ ਹੈ। ਬਾਪੂ, ਬਣਿਆ ਕੁਛ ਪੈਸਿਆਂ ਦਾ? ਬਸ ਪੁੱਤਰਾ, ਸਾਰੇ ਹੀਲੇ ਵਸੀਲੇ ਕਰਨ ਤੋਂ ਬਾਅਦ ਵੀ ਹਾਲੇ ਲੱਖ ਤੋਂ ਉੱਤੇ ਘਟਦਾ। ਤੇ ਫੇਰ ਬਾਪੂ ਹੁਣ ਕੀ ਬਣੂਗਾ? ਸਾਰੇ ਰਿਸ਼ਤੇਦਾਰਾਂ ਨਾਲ ਗੱਲ ਕਰਕੇ ਦੇਖ ਲਈ, ਕਿਸੇ ਨੇ ਬਾਂਹ ਨਹੀਂ ਫੜੀ। ਇੱਕ ਦੋ ਹੋਰ ਵਾਕਫਾਂ ਨੂੰ ਪੁੱਛਦਾ, ਸ਼ਾਇਦ ਕੋਈ ਮੰਨ ਜੇ। ਲੈ ਵੀਰੇ, ਜੇ ਇਹਨਾਂ ਨਾਲ ਕੋਈ ਗੱਲ ਬਣਦੀ ਹੈ ਤਾਂ। ਨਹੀਂ ਸਿੰਮੀ, ਇਹ ਤੇਰੇ ਵਿਆਹ ਦੇ ਗਹਿਣੇ ਨੇ,
मैं नहीं ले सकता। वीरे ये तो बस गहने ने, फिर बन जूंगे। नाले एक बार तू कनेडा तक पहुंच, फिर मैं कनेडा वाले गहने पाऊंगी। जोत निमी ठीक कहती है, जी रहती है तेरे वर्गिया धियां का घर घर हो। कौन कहता कुड़िया मुंडे तो घट ने, मन जा पुत। ले वीरे मेरे को भी कुछ पैसे ने, ये तू रख ले। चौंदा पुत जोत देख ले, तेनों दोवें जाने किन्ना प्यार करते ने। एक बार फिर सोच ला करतार सिंह, आ गहने तो तू निमी दे व्याह वास्ते बड़े चाह ना बनवाए सी। तू ठीक है ना भरावा, पर अक्सर मजबूरियां चाह बड़े सस्ते भा बिकते ने। मैं फैसला बड़े सोच समझ के लिया। खैर तू देख के दस किन्ने क पैसे मिलने दे। इहदा तेनू मैं 1,00,000 रुपया दे सकदा। बस 1,00,000? मेरी मजबूरी तो कितनी बड़ी है, मैं तो वध दी उम्मीद लई बैठा सी। ओ जे एडी वड्डी मजबूरी है तो बाकी पैसे ब्याज ते दे देंगा, पर करतार सिंह करजे की पंड एडी भारी ना कर ली कि मुड़ के लाउणी औखी हो जाए। गल तो तेरी ठीक है, इस पंड नूं हौला कर लई तां मुंडे नूं कनेडा भेजण लगा, शायद इहदा कुछ बण जाए। नहीं तो भरावा फिर जो दा तेनूं मंजूर। खैर ले दे पैसे। ले जीवना पैसे लेके। आप पुत पानी का गिलास दई। बापू होया बंदोबस्त? हाँ श्रीराम सब बंदोबस्त हो गया। मैं गुरमीत मिल के आया। बस पुत्रा कल की तैयारी कर ले। ओ एनी छेती बापू? ले होर की, तू समान बन तैयारी कर, कल साजरे निकलना। इत्थे बापू सांभ लोगे सब? ले पुत हैगे असी, सच गुरमीत कहिंदा सी हो सकदा 2-4 दिन दिल्ली लग जाण, ओह तैनूं उत्थे कनेडा चढ़ा देणगे। पुत्र साडा फिक्र ना करी, रब सब भली करू। चल खा रोटी। ख्याल तेरा मेरे वल ना रहा, टूटिया
ਜੋੜਿਆਂ ਨੂੰ ਤੋੜਿਆ ਏ ਕਾਹਤੋਂ ਤੂੰ ਖੁਦਾ ਕਿਹੜੀ ਗੱਲੋਂ ਕੀਤਾ ਦੱਸ ਮੈਨੂੰ ਤੂੰ ਜੁਦਾ ਕਿਉਂ ਤੂੰ ਜਿਉਂਦੀ ਨੂੰ ਰਵਾਇਆ ਸਾਰਾ ਤੂੰ ਮੈਨੂੰ ਬਹਿ ਲੈਣ ਦੇ ਪਰ ਆਏ ਮਨ ਮੇਰਾ ਬੜੇ ਚਿਰ ਤੋਂ ਤੂੰ ਕੁਝ ਮੈਨੂੰ ਕਹਿ ਲੈਣ ਦੇ 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 ਕਿਸੇ ਦਾ ਵੀ ਨਹੀਂ ਚੱਜਦਾ ਪਹਿਲਾਂ ਦਿਲ ਫੁੱਲਾਂ ਵਿੱਚ ਰੱਖ ਦੇ ਆਖਰਾਂ ਨੂੰ ਕੰਡਿਆਂ ਚ ਵੱਜਦਾ ਮੈਂ ਕੱਢ ਲਿਆ ਸਿੱਟਾ ਜਦਾ ਯਾਰ ਕਿਸੇ ਦਾ ਵੀ ਨਹੀਂ ਚੱਜਦਾ ਪਹਿਲਾਂ ਦਿਲ ਫੁੱਲਾਂ ਵਿੱਚ ਰੱਖ ਦੇ ਆਖਰਾਂ ਨੂੰ ਕੰਡਿਆਂ ਚ ਵੱਜਦਾ ਮੈਂ ਬੈਠੀ ਹੋਈ ਅੱਖ ਕੇ ਮੈਂ ਬੈਠੀ ਹੋਈ ਅੱਖ ਕੇ ਮੈਂ ਹਾਰ ਗਈਆਂ ਥੱਕ ਕੇ ਮੈਂ ਹਾਰ ਗਈਆਂ ਥੱਕ ਕੇ ਸਾਨੂੰ ਇਕੱਲੇ ਰਹਿ ਲੈਣ ਦੇ ਪਰ ਆਏ ਮਨ ਮੇਰਾ ਬੜੇ ਚਿਰ ਤੋਂ ਤੂੰ ਕੁਝ ਮੈਨੂੰ ਕਹਿ ਲੈਣ ਦੇ ਮੈਨੂੰ ਕਹਿ ਲੈਣ ਦੇ ਤੂੰ ਕੁਝ ਮੈਨੂੰ ਕਹਿ ਲੈਣ ਦੇ ਤੂੰ ਕੁਝ ਮੈਨੂੰ ਕਹਿ ਲੈਣ ਦੇ ਜਿੱਥੋਂ ਮੈਂ ਲੰਘੀਆਂ ਤੁਸੀਂ ਕੀਤੀਆਂ ਨਾ ਗੱਲਾਂ ਚੰਗੀਆਂ ਅਸੀਂ ਰੱਬ ਤੋਂ ਦੁਆਵਾਂ ਮੰਗੀਆਂ ਮੇਰੇ ਦਿਲ ਦਾ ਜੇ ਹਾਲ ਜਾਣਨਾ ਪੁੱਛੋ ਤੋਂ ਜਿੱਥੋਂ ਮੈਂ ਲੰਘੀਆਂ ਗੁਰੀ ਦੱਸਣਾ ਨੀ ਬੋਲ ਕੇ ਦੱਸਣਾ ਨੀ ਬੋਲ ਖੁਸ਼ ਰਹਿ ਤੂੰ ਸਾਨੂੰ ਰੋਲ ਕੇ ਰਹਿ ਤੂੰ ਸਾਨੂੰ ਰੋਲ ਕੇ ਆ ਦੁੱਖ ਸਾਨੂੰ ਸਹਿ ਲੈਣ ਦੇ ਪਰ ਆਏ ਮਨ ਮੇਰਾ ਬੜੇ ਚਿਰ ਤੋਂ ਤੂੰ ਕੁਝ ਮੈਨੂੰ ਕਹਿ ਲੈਣ ਦੇ 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 ਰੱਬ ਜਦੋਂ ਵੀ ਮਿਲਦਾ ਕਿਸੇ ਨਾ ਕਿਸੇ ਦੇ ਰੂਪ ਵਿੱਚ ਮਿਲਦਾ ਮੈਨੂੰ ਵੀ ਰੱਬ ਮਿਲਿਆ ਤੇ ਉਹ ਸੀ ਮੇਰਾ ਯਾਰ ਕਰਮਾ ਪਹਿਲਾਂ ਜਰਦਾ ਬੁਲਾਂ ਵਿੱਚ ਲਾਉਂਦੇ ਫਿਰ ਸਤੇਰੀਆਂ ਨੂੰ ਹੱਥ ਪਾਉਂਦੇ ਪਹਿਲਾਂ ਜਰਦਾ ਬੁਲਾਂ ਵਿੱਚ ਲਾਉਂਦੇ ਫਿਰ ਸਤੇਰੀਆਂ ਨੂੰ ਹੱਥ ਪਾਉਂਦੇ ਨੀ ਬਾਬੇ ਦਾ ਨਾਮ ਧਿਆ ਕੇ ਕਾਉਂਦੇ ਸਿਰ ਜਿੰਨੀ ਫਿਰ ਖਾ ਕੇ ਸੀਨਾ ਤਾੜ ਲਈ ਦੇ ਤੋ ਕੋ ਤੋਂ ਪੁਰਜਾ ਪਛਾਣ ਲਈ ਦੇ ਨੀ ਤੋ ਕੋ ਤੋਂ ਪੁਰਜਾ ਪਛਾਣ ਲਈ ਦੇ
ਉਹਦੇ ਹਿਸਾਬ ਨਾਲ ਤਾਂ ਉਹੀ ਲੱਗਦਾ। ਓ ਸਤਿ ਸ੍ਰੀ ਅਕਾਲ ਹਰਜੋਤ ਵੀਰ। ਕਰਮਾ? ਹਾਂ ਮੈਂ ਹੀ ਆ ਕਰਮਾ। ਵੈਲਕਮ ਟੂ ਵੈਨਕੂਵਰ ਏਅਰਪੋਰਟ। ਚੱਲ ਆ ਇੱਧਰ ਨੂੰ ਚੱਲੀਏ। ਓਕੇ। ਕੀ ਗੱਲ ਹੋ ਗਈ ਹਰਜੋਤ ਬਾਈ, ਬੋਲਦਾ ਨਹੀਂ? ਲੱਗਦਾ ਸਫ਼ਰ ਨੇ ਕਾਫ਼ੀ ਥਕਾ ਦਿੱਤਾ। ਨਹੀਂ ਵੀਰੇ, ਇੱਦਾਂ ਦੀ ਕੋਈ ਗੱਲ ਨਹੀਂ। ਅੱਛਾ ਬਾਈ, ਗੁਰਪ੍ਰੀਤ ਨੂੰ ਮੈਂ ਦੱਸ ਦੂੰਗਾ ਤੂੰ ਪਹੁੰਚ ਗਿਆ ਠੀਕ ਠਾਕ, ਉਹ ਤੇਰੇ ਘਰੇ ਆਪੇ ਦੱਸ ਦੂੰਗਾ। ਅਤੇ ਕੁੜੀ ਵਾਲਿਆਂ ਨਾਲ ਮੇਰੀ ਗੱਲ ਹੋ ਗਈ ਹੈ, ਅਤੇ ਕੱਲ੍ਹ ਨੂੰ ਵਕੀਲ 'ਤੇ ਜਾ ਕੇ ਆਪਾਂ ਸਾਰੀ ਕਾਰਵਾਈ ਪੱਕੀ ਕਰ ਦੇਣੀ ਹੈ। ਬਾਈ ਇੱਕ ਵਾਰੀ ਪੱਕਾ ਹੋ ਜਾ ਬਸ, ਫਿਰ ਸਾਰਾ ਧਿਆਨ ਡਾਲਰਾਂ 'ਚ, ਬਾਬਿਆਂ ਨੇ ਸਭ ਠੀਕ ਕਰ ਦੇਣਾ। ਬਸ ਵੀਰੇ, ਇਸੇ ਉਮੀਦ ਨਾਲ ਇੱਥੇ ਆਇਆ ਕਿ ਸਾਰਾ ਕੁਝ ਠੀਕ ਹੋ ਜੇ। ਤੂੰ ਫਿਕਰ ਨਾ ਕਰ ਹਰਜੋਤ, ਮੈਂ ਹੈਗਾ ਨਾ। ਆਜਾ ਬਾਈ, ਕਿੱਥੇ ਗੁਆਚ ਗਿਆ? ਲੱਗਦਾ ਪਹੁੰਚ ਭਾਵੇਂ ਕੈਨੇਡਾ ਗਿਆ, ਪਰ ਦਿਲ ਤੇਰਾ ਹਲੇ ਪੰਜਾਬ 'ਚ ਹੀ ਹੈ। ਵੀਰੇ ਅਸਮਾਨ। ਉਹ ਕੋਈ ਨਾ, ਚੱਕ ਲਾਂਗੇ ਸਮਾਨ ਵੀ। ਆ ਜਾ ਮੇਰਾ ਵੀਰ। ਲੈ ਬਈ ਹਰਜੋਤ, ਆ ਬਈ ਆਪਣਾ ਘਰ, ਤੇ ਆ ਤੇਰੀ ਗੋਰੀ ਭਾਬੀ ਅਮੈਂਡਾ। ਸਤਿ ਸ਼੍ਰੀ ਅਕਾਲ ਜੀ। ਅਮੈਂਡਾ, ਚਾਹ ਪਾਣੀ ਦਾ ਇੰਤਜ਼ਾਮ ਕਰੋ ਬਾਈ। ਹਾਂਜੀ। ਤੇ ਆ ਏ ਗੁਰਲੀਨ, ਮੇਰੀ ਲਾਡਲੀ ਭੈਣ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆਈ ਐਮ ਲੀਵਿੰਗ ਨਾਓ। ਚੰਗਾ ਪੁੱਤ, ਧਿਆਨ ਰੱਖੀ। ਬਾਏ। ਹਰਜੋਤ ਵੀਰ, ਜ਼ਿੰਦਗੀ ਤਾਂ ਭੈਣਾਂ ਨਾਲ ਹੀ ਹੁੰਦੀ ਹੈ। ਕਰਮਿਆ, ਸਹੀ ਕਿਹਾ ਵੀਰੇ, ਬੜੇ ਕਰਮਾਂ ਵਾਲੇ ਹੁੰਦੇ ਨੇ ਉਹ ਭਰਾ ਜਿਨ੍ਹਾਂ ਕੋਲ ਭੈਣਾਂ ਹੁੰਦੀਆਂ ਨੇ। ਭੈਣਾਂ ਆਪਣੀਆਂ ਸਾਰੀਆਂ ਖੁਸ਼ੀਆਂ ਕੁਰਬਾਨ ਕਰਕੇ ਭਰਾਵਾਂ ਦੀ ਜ਼ਿੰਦਗੀ ਬਣਾਉਂਦੀਆਂ ਨੇ ਯਾਰ। ਵੀਰ, ਆਪਾਂ ਤਾਂ ਬੜੇ ਇਮੋਸ਼ਨਲ ਹੋ ਗਏ। ਚੱਲ ਤੈਨੂੰ ਤੇਰਾ ਰੂਮ ਦਿਖਾਵਾਂ, ਆਪਾਂ ਸਵੇਰੇ ਸਾਜਰੇ ਜਾਣਾ। ਹੇ ਸੱਚੇ ਪਾਤਸ਼ਾਹ, ਇੱਥੋਂ ਤੱਕ ਤਾਂ ਤੁਸੀਂ ਲੈ ਆਏ ਹੋ, ਅਗਾਂਹ ਦਾ ਰਸਤਾ ਵੀ ਤੁਸੀਂ ਦਿਖਾਉਣਾ। ਸਤਨਾਮ ਸ਼੍ਰੀ ਵਾਹਿਗੁਰੂ। ਸਮਝ ਨਹੀਂ ਸੀ ਆ ਰਿਹਾ ਕੈਨੇਡਾ ਪੱਕੇ ਹੋਣ ਦੀ ਖੁਸ਼ੀ ਮਨਾਵਾਂ ਜਾਂ ਪੱਕੇ ਹੋਣ ਦੇ ਤੌਰ ਤਰੀਕਿਆਂ ਦਾ ਗਮ। ਲੈ ਬਾਈ ਚੁੱਕ, ਓਏ ਹੁਣ ਤਾਂ ਤੇਰਾ ਕਾਗਜ਼ੀ ਵਿਆਹ ਵੀ ਹੋ ਗਿਆ, ਹੁਣ ਤੂੰ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ। ਕਰਮੇ ਯਾਰ, ਸ਼ੁਰੂਆਤ ਤਾਂ ਜ਼ਿੰਦਗੀ ਦੀ ਉਦੋਂ ਹੋਣੀ ਹੈ ਜਦੋਂ ਕੰਮ ਮਿਲੂਗਾ। ਬਾਈ ਤੂੰ ਫਿਕਰ ਨਾ ਕਰ, ਤੂੰ ਆ ਜਾ ਮੇਰੇ ਨਾਲ, ਤੈਨੂੰ ਆਪਦੇ ਨਾਲ ਹੀ ਕੰਮ ਦਵਾਉਣਾ। ਬਸ ਤੂੰ ਮੈਨੂੰ ਇਹ ਦੱਸ ਦੇ, ਟਰੱਕ ਟਰੁੱਕ ਚਲਾ ਲੂੰਗਾ ਕਿ ਨਹੀਂ? ਉਹ ਤਾਂ ਚਲਾ ਲੂੰ, ਪਰ ਲਾਇਸੈਂਸ ਹੈ ਨਹੀਂ। ਉਹ ਬਸ ਤੂੰ ਫਿਕਰ ਨਾ ਕਰ, ਜਿੱਥੇ ਆਪਾਂ ਚੱਲੇ ਆ ਨਾ ਉੱਥੇ ਹਰ ਚੀਜ਼ ਦਾ ਜੁਗਾੜ ਹੈ। ਵੈਸੇ ਬਾਈ ਤੂੰ ਸੁਣਿਆ ਹੀ ਹੋਏਗਾ, ਪੁੱਤ ਜੱਟਾਂ ਦੇ ਤੇ ਡਰਾਈਵਰ ਟਰੱਕਾਂ ਦੇ, ਉਹ ਕੈਨੇਡਾ 'ਚ ਅੱਧੀ ਟਰਾਂਸਪੋਰਟ ਤਾਂ ਆਪਣੇ ਪੰਜਾਬੀ ਡਰਾਈਵਰਾਂ ਨੇ ਸਾਂਭੀ ਹੋਈ ਹੈ, ਤੇ ਉਹਨਾਂ ਵਿੱਚੋਂ ਆਪਣੇ ਇੱਕ ਪੰਜਾਬੀ ਬਾਈ ਨੇ ਆਰਬੀ ਸੰਧੂ ਸਾਹਿਬ। ਬਈ ਸੰਧੂ ਸਾਹਿਬ ਜੇ ਕਿਸੇ ਦੀ ਗੱਲ ਮੰਨਦੇ ਹੈ ਤੇ ਉਹ ਹੈ ਉਹਨਾਂ ਦਾ ਚਾਚਾ। ਟਰਾਂਸਪੋਰਟ 'ਚ ਵੀ ਉਹਨੂੰ ਸਾਰੇ ਚਾਚਾ ਹੀ ਕਹਿੰਦੇ ਹੈ। ਚਾਚਾ ਤਾਂ ਬਾਈ ਸਿਰੇ ਦਾ ਸ਼ਾਤਰ ਬੰਦਾ, ਪਰ ਸਾਨੂੰ ਕੀ। ਚੱਲ ਹੁਣ ਮੈਂ ਤੈਨੂੰ ਮਿਲਵਾਉਣਾ ਸੰਧੂ ਸਾਹਿਬ ਦੇ ਭਰਾਵਾਂ ਨਾਲ। ਰਿਕ ਬਾਈ ਸਿਰੇ ਦਾ ਨਸ਼ੇੜੀ ਹੈ, ਸਵੇਰ ਤੋਂ ਲੈ ਕੇ ਸ਼ਾਮ ਤੱਕ ਚਿੱਟਾ ਤੇ ਸਿਰਫ ਚਿੱਟਾ। ਉੜਤਾ ਪੰਜਾਬ ਨਹੀਂ, ਉਹਨੇ ਤਾਂ ਉੜਤਾ ਕੈਨੇਡਾ ਬਣਾਇਆ ਹੋਇਆ। ਇੱਥੇ 24 ਘੰਟੇ ਗੋਰੀਆਂ ਦੀਆਂ ਗੋਦੀਆਂ 'ਚ ਬੈਠਾ ਰਹਿੰਦਾ, ਪਰ ਸਾਨੂੰ ਕੀ। ਆਪਾਂ ਤਾਂ ਬਈ ਆਪਣੇ ਕੰਮ ਨਾਲ ਮਤਲਬ ਰੱਖਣਾ। ਮਾਂਬਾ, ਕਦੇ ਉਹਨੂੰ ਕੋਈ ਕੰਮ ਕਾਰ ਕਰਦੇ ਤਾਂ ਨਹੀਂ ਦੇਖਿਆ? ਬਸ ਜਦੋਂ ਵੇਖੋ ਜਿਮ 'ਚ ਵੜਿਆ ਹੁੰਦਾ। ਬਾਈ ਕੰਮ ਤਾਂ ਉਹ ਵੀ ਪੁੱਠੇ ਹੀ ਕਰਦਾ, ਪਰ ਸਾਨੂੰ ਕੀ, ਆਪਾਂ ਤਾਂ ਇਹਨਾਂ ਤੋਂ ਦੂਰ ਹੀ ਰਹਿਣਾ। ਵੈਸੇ ਤਾਂ ਆਰਬੀ ਸਾਹਿਬ ਨਾਲ ਕੋਈ ਦੁਸ਼ਮਣੀ ਕਰਦਾ ਨਹੀਂ, ਪਰ ਇੱਕ ਦੁਸ਼ਮਣ ਹੈ ਆਰਬੀ ਸਾਹਿਬ ਦਾ, ਬੌਬ। ਆਰਬੀ, ਆਪਾਂ ਆਪਣੇ ਆਪਣੇ ਇਲਾਕੇ ਵੰਡ ਲਈਏ ਤਾਂ ਵਧੀਆ ਰਹੂਗਾ। ਇਲਾਕੇ ਤਾਂ ਜਾਨਵਰ ਬਣਦੇ ਨੇ ਥਾਂ ਥਾਂ ਮੂਤ ਕੇ, ਆਰਬੀ ਨਹੀਂ। ਨਾਲੇ ਤੈਨੂੰ ਕੀ ਲੱਗਿਆ, ਚਾਰ ਬੰਦੇ ਰੱਖ ਕੇ ਦੋ ਛੋਟੇ ਮੋਟੇ ਕੰਮ ਕਰਕੇ ਤੂੰ ਆਰਬੀ ਦੇ ਸਾਹਮਣੇ ਬੈਠਣ ਜੋਗਾ ਹੋ ਜਾਏਗਾ? ਬੈਠਣ ਜੋਗਾ ਤਾਂ ਮੈਂ ਹੈ, ਤੇਰੇ ਸਾਹਮਣੇ ਵੀ ਤੇ ਇਸ ਇਲਾਕੇ ਵਿੱਚ ਵੀ। ਇਲਾਕੇ ਤਾਂ ਕੁੱਤਿਆਂ ਦੇ ਹੁੰਦੇ ਨੇ, ਸ਼ੇਰਾਂ ਦੇ ਨਹੀਂ।
नाले दुआ करें आज तो बाद मेरे सामने ना आई। जिस दिन तू मेरे सामने आ गया उस दिन ना तो तेनू भजन नू राह लभना ते ना लुकन लई थां। किसे टाइम ते दोवे कठे काम करया करदे सी पर एक दिन एहो जे आया काम भी वखरे हो गए ते राह भी। ले गल्ला करदे करदे आरबी साहब दा घर भी आ गया। ले भाई आरबी आ बनया सिरे दा ए आ चक ओ चाचा जी अज सवेरे सवेरे ओए ओए बल्ले करमे आ ओ अज घरे किवें आउणा होया। सत श्री अकाल चाचा जी। सत श्री अकाल भाई जी। सत श्री अकाल जी। भाई जी आ मेरा दोस्त है इंडिया तो आया अपनी ट्रांसपोर्ट च काम करना चाहंदा जी। अखां च जरूरतां तो बहुत ने पूरियां कर लवेंगा। इन्ना जरूरतां नूं पूरियां करन तों इलावा तां मेरे कोल कोई राह वी नहीं बचिया। जिन्नियां वड्डियां गल्लां करदा है ਉਹਨਾਂ ਵਧੀਆ ਟਰੱਕ ਵੀ ਚਲਾ ਲੈਣਾ। ਟਰੱਕ ਤਾਂ ਚਲਾ ਲੈਣਾ ਬਾਈ ਜੀ ਪਰ ਲਾਇਸੈਂਸ ਹੈ ਨਹੀਂ। ਆਰਵੀ ਦੇ ਟਰੱਕ ਚਲਾਉਣ ਨੂੰ ਲਾਇਸੈਂਸ ਦੀ ਨਹੀਂ ਜਿਗਰੇ ਦੀ ਲੋੜ ਹੁੰਦੀ ਹੈ। ਆ ਜਾ ਕੱਲ ਤੋਂ ਕੰਮ ਤੇ। ਕੱਲ ਤਾਂ ਬਾਈ ਜੀ ਬਹੁਤ ਦੂਰ ਦੀ ਗੱਲ ਹੈ ਜ਼ਰੂਰਤਾਂ ਤਾਂ ਅੱਜ ਤੋਂ ਪੂਰੀਆਂ ਕਰਨੀਆਂ ਨੇ। ਕਰਮਿਆ ਹਾਂਜੀ ਬਾਈ ਜੀ ਰੱਖ ਲੈ ਮੁੰਡੇ ਨੂੰ ਕੰਮ ਤੇ। ਠੀਕ ਹੈ ਬਾਈ ਜੀ। ਕੀ ਨਾਂ ਦੱਸਿਆ? ਹਰਜੋਤ ਬਾਈ ਜੀ। ਹਰਜੋਤ ਹੈਰੀ ਅੱਜ ਤੋਂ ਤੈਨੂੰ ਹੈਰੀ ਕਹਾਂਗੇ। ਠੀਕ ਹੈ ਬਾਈ ਜੀ ਧੰਨਵਾਦ ਬਾਈ ਜੀ। ਓ ਜਦੋਂ ਤੱਕ ਇਹੋ ਜਿਹੇ ਪੰਜਾਬ ਤੋਂ ਆਉਂਦੇ ਰਹਿਣਗੇ ਨਾ ਆਰਬੀ ਦੇ ਟਰੱਕ ਚੱਲਦੇ ਰਹਿਣਗੇ। ਮੈਨੂੰ ਅੰਦਰ ਲੱਗਾ ਜਿਵੇਂ ਛੋਲੇ ਚੱਲ ਰਹੀ ਹੁੰਦੀ ਹੈ ਆਪਣੇ ਆਰਬੀ ਸਾਹਿਬ ਗੱਬਰ ਤੇ ਮੇਰਾ ਵੀਰ ਠਾਕਰ। ਲੈ ਕਾਲੀਆ ਵੀ ਆ ਗਿਆ। ਹਰਜੋਤ ਹੁਣ ਤੇਰਾ ਕਾਗਜ਼ੀ ਵਿਆਹ ਵੀ ਹੋ ਗਿਆ ਤੇ ਨੌਕਰੀ ਵੀ ਤੈਨੂੰ ਮਿਲ ਗਈ। ਤੂੰ ਵੀ ਹੁਣ ਕਮਾ ਮੇਰੇ ਵਾਂਗੂ ਡਾਲਰ ਫਿਰ ਦੋ ਪੈਗ ਲਾ ਕੇ ਪੰਜਾਬ ਨੂੰ ਚੇਤੇ ਕਰ ਲਿਆ ਕਰੀ। ਦੇਖ ਵੀਰ ਜਾ ਸਾਥੋਂ ਹੋਣਾ ਨਹੀਂ ਤੇ ਭੁੱਲ ਅਸੀਂ ਸਕਦੇ ਨਹੀਂ। ਹੋਰ ਸੁਣਾ ਗੁਰਪ੍ਰੀਤ ਕਿਵੇਂ ਆ? ਸਭ ਕੁਝ ਉਵੇਂ ਹੀ ਹੈ ਜਾਂ ਕੁਝ ਬਦਲਿਆ ਵੀ ਹੈ? ਗੁਰਪ੍ਰੀਤ ਠੀਕ ਹੈ ਬਾਈ। ਰਹੀ ਗੱਲ ਪੰਜਾਬ ਦੀ, ਪੰਜਾਬ 'ਚ ਬੈਠਾ ਹਰ ਪੰਜਾਬੀ ਕਨੇਡਾ ਕਨੇਡਾ ਕਰਦਾ ਤੇ ਕਨੇਡਾ 'ਚ ਬੈਠਾ ਹਰ ਪੰਜਾਬੀ ਪੰਜਾਬ ਨੂੰ ਯਾਦ ਕਰਦਾ। ਉਹੀ ਪੰਜਾਬ ਦੇ ਖੇਤ ਨੇ, ਉਹੀ ਗਲੀਆਂ ਨੇ ਤੇ ਉਹੀ ਮਜਬੂਰੀਆਂ ਨੇ ਤੇ ਉਹਨਾਂ ਮਜਬੂਰੀਆਂ ਦਾ ਸਤਾਇਆ ਇੱਕ ਮੈਂ ਤੇਰੇ ਸਾਹਮਣੇ ਬੈਠਾ। ਚੱਲ ਛੱਡ ਬਾਈ, ਕਿਹੜੀਆਂ ਗੱਲਾਂ 'ਚ ਪਏ ਆ? ਮੈਂ ਰੋਟੀ ਲਵਾਉਣਾ ਤੇ ਤੂੰ ਉਨੀ ਦੇਰ ਪੈਗ ਮੁਕਾ ਲੈ। ਵਾਹ ਓਏ ਰੱਬਾ, ਸਿਆਣੇ ਨੇ ਸੱਚ ਹੀ ਕਿਹਾ ਕਿ ਦੂਜੇ ਦੀ ਥਾਲੀ 'ਚ ਪਿਆ ਲੱਡੂ ਵੱਡਾ ਹੀ ਲੱਗਦਾ। ਆ ਗਈ ਆਪਣੀ ਟਰਾਂਸਪੋਰਟ, ਹੁਣ ਬਾਬੇ ਦਾ ਨਾਂ ਲੈ ਤੇ ਕਰਦੇ ਕੰਮ ਸ਼ੁਰੂ। ਆ ਜਾ ਹਰਜੋਤ ਆ ਜਾ, ਇਹ ਆਪਣੀ ਟਰਾਂਸਪੋਰਟ ਦਾ ਆਫਿਸ ਹੈ। ਜੈਸ ਦਾ ਪੇਪਰ ਚੈੱਕ ਕਰੀ। ਆ ਤੈਨੂੰ ਜੈਸ ਨਾਲ ਮਿਲਾਉਣਾ। ਸਤਿ ਸ਼੍ਰੀ ਅਕਾਲ ਜੈਸ। ਸਤਿ ਸ਼੍ਰੀ ਅਕਾਲ ਜੀ। ਆ ਹਰਜੋਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੈਸ ਇਹ ਹੈ ਮੇਰਾ ਦੋਸਤ ਹਰਜੋਤ। ਓਕੇ ਜੀ। ਤੇ ਹਰਜੋਤ ਇਹ ਨੇ ਜੈਸ, ਇਥੋਂ ਦੇ ਇੰਚਾਰਜ। ਹੈਲੋ। ਹਾਂਜੀ, ਆਰਬੀ ਨੇ ਮੈਨੂੰ ਦੱਸਿਆ ਸੀ ਇਹਨਾਂ ਦੇ ਬਾਰੇ ਫੋਨ ਕਰਕੇ। ਜਿਨ੍ਹਾਂ ਨੇ ਇਸ ਪਰਾਏ ਮੁਲਕ 'ਚ ਮੇਰੇ ਸਿਰ ਤੇ ਹੱਥ ਰੱਖਿਆ। ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ
ਆਜਾ ਪਰਦੇਸੀਆ ਵੇ ਵਾਸਤਾ ਪੁਰਜੀ ਸਾਹਿਬ ਕਿਹਦੀਆਂ ਅੱਖਾਂ ਉਡੀਕ ਰਹੀਆਂ ਨੇ ਓ ਸ਼ਰਮਾ ਜੀ ਕਿਵੇਂ ਠੀਕ ਠਾਕ ਹੋ ਹਰਜੋਤ ਤੈਨੂੰ ਮਿਲਾਵਾ ਸ਼ਰਮਾ ਜੀ ਨੇ ਆਪਣੇ ਸਤਿ ਸ਼੍ਰੀ ਅਕਾਲ ਜੀ ਆਪਣਾ ਗੁਰਦੀਪ ਵੀਰਾ ਤੇ ਨਾਲ ਆਉ ਗੱਡਿਆ ਕਿਵੇਂ ਬਾਈ ਸਤਿ ਸ਼੍ਰੀ ਅਕਾਲ ਤੇ ਆਣੇ ਆਪਣੇ ਸਤਿਕਾਰਯੋਗ ਸਤਿ ਸ਼੍ਰੀ ਅਕਾਲ ਜੀ ਮਲਾਨਾ ਜੀ ਮਲਾਨਾ ਹਾਂਜੀ ਹਾਂਜੀ ਤੇ ਨੇ ਆਪਣੇ ਸਤਿਕਾਰਯੋਗ ਦਲਜੀਤ ਸਿੰਘ ਜੀ ਤੇ ਪਿਆਰ ਨਾਲ ਆਪਾਂ ਇਹਨਾਂ ਨੂੰ ਡਾਕਟਰ ਪੁਰਜੀ ਕਹਿੰਦੇ ਆ ਇਹ ਤਾਂ ਨਵਾਂ ਆਇਆ ਲੱਗਦਾ ਹਾਂਜੀ ਹਾਂਜੀ ਜਦੋਂ ਮੈਂ ਨਿੱਕਾ ਸੀ ਨਾ ਜੀ ਤੇ ਮੇਰੇ ਮਾਪੇ ਸਮਝਦੇ ਸੀ ਕਿ ਵੱਡਾ ਹੋ ਕੇ ਬਣੂਗਾ ਮੈਂ ਡਾਕਟਰ ਬਟ ਮੇਰੇ ਹਾਲਾਤ ਨੇ ਐਸੀ ਮੇਰੀ ਪੁਰਜੀ ਬਣਾਈ ਕਿ ਮੈਂ ਆਪਣਾ ਨਾਂ ਹੀ ਰੱਖਤਾ ਡਾਕਟਰ ਪੁਰਜੀ ਉਸ ਦਿਨ ਮੈਨੂੰ ਇੰਜ ਲੱਗਿਆ ਜਿਵੇਂ ਮੈਨੂੰ ਮੇਰਾ ਨਵਾਂ ਪਰਿਵਾਰ ਮਿਲ ਗਿਆ ਹੋਵੇ ਲੈ ਬਈ ਮਿੱਤਰਾ ਹੁਣ ਮੈਂ ਤੈਨੂੰ ਮਿਲਾਣ ਜਾ ਰਿਹਾ ਕੋਲੀ ਦੇ ਨਾਲ ਪਿੱਛੇ ਲੱਗੀ ਜਾਣਾ ਚੱਲ ਉਧਰੋਂ ਚੱਲ ਕੇ ਬੈਠ ਤੈਨੂੰ ਗੇੜੀ ਦਵਾਵਾਂ ਉਹ ਤੈਨੂੰ ਦੱਸਦਾ ਟਰੱਕ ਦੀਆਂ ਕੁੰਡੀਆਂ ਬਾਈ ਜੱਫੀਆਂ ਬਾਈ ਬਾਲੀਆਂ ਨਹੀਂ ਪਾਉਂਦਾ ਨਹੀਂ ਤੂੰ ਬਹਿ ਤਾਂ ਸਹੀ ਚੱਲ ਉਹ ਕਿੱਥੇ ਫਸ ਗਈ ਉਹ ਖੁੱਲ ਜਾ ਚੱਲ ਰਾਣੀਏ ਤੇਰਾ ਰੱਬ ਰੱਖਾ ਸ਼ਰਮਾ ਜੀ ਤੁਹਾਨੂੰ ਚੇਤਾ ਉਹ ਸਮਾਂ ਜਦੋਂ ਅਸੀਂ 18-18, 20-20 ਘੰਟੇ ਕੰਮ ਕਰੀਦਾ ਸੀ ਵੀਕਾਂ ਲੰਘ ਜਾਂਦੀਆਂ ਸੀ ਬੱਚਿਆਂ ਨੂੰ ਮਿਲੇ ਹੁਣ ਵਾਹਿਗੁਰੂ ਜੀ ਦਾ ਸ਼ੁਕਰ ਹੈ ਬਈ ਬੱਚਿਆਂ ਦੇ ਲਈ ਅਸੀਂ ਟਾਈਮ ਕੱਢਣ ਲੱਗ ਪਏ ਹਾਂ ਬਾਈ ਜੀ ਉਦੋਂ ਆਪਾਂ ਨੂੰ ਵਕਤ ਦੀਆਂ ਮਜਬੂਰੀਆਂ ਸੀ ਤੇ ਇੰਡੀਆ ਤੋਂ ਆਪਾਂ ਨਵੇਂ ਆਏ ਸੀ ਤੇ ਡਾਲਰ ਕਮਾਉਣ ਦਾ ਚਾਅ ਵੀ ਬਹੁਤ ਸੀ ਹਾਂ ਸਤਿ ਸ਼੍ਰੀ ਅਕਾਲ ਚਾਚਾ ਉਹ ਸਤਿ ਸ਼੍ਰੀ ਅਕਾਲ ਪੁੱਤਰਾ ਕੀ ਹਾਲ ਹੈ ਠੀਕ ਹੈ ਡੈਡ ਆਈ ਨੀਡ ਸਮ ਮਨੀ ਆ ਲੈ ਤੂੰ $10 ਆਰ ਯੂ ਕਿਡਿੰਗ ਮੀ $10 ਦਾ ਕੀ ਆਉਂਦਾ ਪਤਾ ਚਾਚਾ ਆਪਣੇ ਮੁੰਡਿਆਂ ਨੂੰ ਕਦੇ $100 ਤੋਂ ਘੱਟ ਨਹੀਂ ਦਿੰਦਾ ਤੂੰ ਏਦਾਂ ਕਰ ਆ ਫੜ 100 ਦਾ ਨੋਟ ਤੇ ਆ 10 ਹੋਰ ਤੇ ਜਾ ਕੇ ਚਾਚੇ ਦੇ ਮੁੰਡੇ ਨੂੰ ਕਹਿ ਦੀ ਮੇਰਾ ਬਾਪ 100 ਮੰਗੇ ਤੇ 110 ਦਿੰਦਾ ਮੈਨੂੰ ਪੈਸੇ ਚਾਹੀਦੇ ਆ ਓਏ ਅਜੇ ਕੱਲ ਤਾਂ ਮੈਂ ਤੈਨੂੰ ਪੈਸੇ ਦਿੱਤੇ ਤੈਨੂੰ ਰੋਜ਼ ਰੋਜ਼ ਪੈਸਿਆਂ ਦੀ ਕੀ ਲੋੜ ਪੈਂਦੀ ਸੋ ਵਾਟ ਮੇਰੇ ਫਰੈਂਡਸ ਤੇ ਮੋਮ ਡੈਡ ਵੀ ਉਹਨਾਂ ਨੂੰ ਰੋਜ਼ ਪੈਸੇ ਦਿੰਦੇ ਨੇ ਓ ਬੇਟਾ ਦਿੰਦੇ ਹੋਣਗੇ ਪਰ ਉਹਨਾਂ ਦਾ ਹਾਲ ਤਾਂ ਦੇਖ ਮੈਂ ਨਹੀਂ ਚਾਹੁੰਦਾ ਵੀ ਤੇਰਾ ਵੀ ਉਹਨਾਂ ਵਰਗਾ ਹਾਲ ਹੋਵੇ ਪੈਸੇ ਨਹੀਂ ਮੈਂ ਦੇਣੇ ਤੈਨੂੰ ਤੁਸੀਂ ਸਮਝਦੇ ਕਿਉਂ ਨਹੀਂ ਆਈ ਨੀਡ ਦਾ ਮਨੀ ਤੂੰ ਹੁਣ ਮੈਨੂੰ ਸਮਝਾਏਗਾ ਆਪਣੇ ਬਾਪ ਨੂੰ ਮੈਂ ਕੋਈ ਬੱਚਾ ਮੈਂ ਨਹੀਂ ਪੈਸੇ ਦੇਣੇ ਗੈਟ ਲੋਸਟ ਡੈਮ ਇਟ ਕੀ ਹੋਇਆ ਬਾਈ ਜੀ ਇਹੋ ਜੀ ਕੋਈ ਗੱਲ ਨਹੀਂ ਸਾਡੇ ਆਪਸ ਵਿੱਚ ਪਿਓ ਪੁੱਤਰ ਦੀ ਗੱਲ ਹੈ ਨਾ ਹੋਰ ਕੋਈ ਗੱਲ ਨਹੀਂ ਬਾਈ ਜੀ ਕਦ ਤੱਕ ਆਪਾਂ ਬੱਚਿਆਂ ਦੀਆਂ ਇਹਨਾਂ ਗਲਤੀਆਂ ਤੇ ਪਰਦਾ ਪਾਉਂਦੇ ਰਵਾਂਗੇ ਜਿਹੜਾ ਪੈਸਾ ਆਪਾਂ ਇਹਨਾਂ ਨੂੰ ਪਿਆਰ ਸਮਝ ਕੇ ਦੇਈ ਜਾਂਦੇ ਨਾ ਉਹ ਇਹਨਾਂ ਦਾ ਦੁਸ਼ਮਣ ਬਣ ਰਿਹਾ ਦੁਸ਼ਮਣ ਬਾਜੀ ਤੁਸੀਂ ਇਕੱਲੇ ਪੇਰੈਂਟਸ ਨਹੀਂ ਇਹ ਘਰ ਘਰ ਦੀ ਕਹਾਣੀ ਹੈ ਇਹ ਆਂਡੀ ਕਿੱਥੇ ਰਹਿ ਗਿਆ ਲੈ ਪੈਸੇ ਸ਼ਿਟ ਮਾਈ ਡੈਡ You know how cheap he is? So what to do now? ਆ ਕੀ ਆ ਤੁਹਾਡੀਆਂ ਜ਼ਰੂਰਤਾਂ ਪੂਰੀਆਂ ਕਰਨ ਦਾ ਸਮਾਨ ਇਹਨੂੰ ਵੇਚੋ ਤੇ ਪੈਸੇ ਬਣਾਓ ਉਸ ਤੋਂ ਬਾਅਦ ਨਾ ਘਰਦਿਆਂ ਤੋਂ ਮੰਗਣ ਦੀ ਲੋੜ ਤੇ ਨਾ ਤੜਫਣ ਦੀ ਬਾਬ
job is still selling in our area. Stop it. मैं जैज नाल कोई भी गल करदा ना ओ बड़ा पहेलियां च पा के जवाब दिंदी मैनू कुछ नहीं यार बस जैज ते इहदा भरा इत्थे इकट्ठे काम करदे सी बस एक हादसे जिहदे भरा दी मौत हो गई उस दिन तो थोड़ियां पहेलियां च गल्लां करदी है चल तू छड़ यार भाई अपने काम दे नाल काम रख आदरा काम मैं करा देना ओ गुरदीप हां जी भाई जी आ ले जी यार जरा भाई नु एदा काम करा दे ओके भाई जी चंगा वीर ओके भाई थैंक यू कोई गल नहीं चाचा हां आ की चल रहा है कोई सेल नहीं हो रही कोई रेवेन्यू नहीं आ रहा कुलविंदर मंबे नु बुलाई धंधे च हो जांदा पुत्रा ए ता चलदा रहंदा ए ता बिजनेस का पार्ट है नहीं सुधरना तेन किन्नी बारी किया तू अपने मुंडिया ते ध्यान दे चाचा अकल दी डिटेल्स भी चेक करा इतना नुकसान बॉब ये तेरी आखरी वार्निंग है ओहो जैकेट किथे रखती मैं ओ आ पई यार उफ एक ताजल लेट हो गया यार हैं ओ ये किमें लॉक हो गया हुण आपे ओ खुल जा पतंदरा मैं पहला ही लेट हाँ ओ यार ये की मुसीबत है हुण हैं इत्थे आके भी ये पुट्ठे काम ना छड्डियो कादी शर्म केड़े पुट्ठे काम अच्छा शरेआम करी भी जांदे ते मैनू पुछदा केड़े पुट्ठे काम ओ की कही जाने आ ज्यादा शरीफ ना बन आकी खोलने की कोशिश कर रहे मेरी मर्जी जो मर्जी खोला एदा किता खोल लेगा एदा किता तेरी मर्जी खोल के दिखा ओ पर तुसी हो कौन हो किते तुसी ड्रिंक ता नहीं कीती ओ मैं सोचदा सी गोरियां ड्रिंक कर दियां लगदा तुसी भी दो कुट लाई हुई है दो कुट मैं नहीं तू जरूर लाई हुई है हाँ। कोई नहीं जदों पए ना पुलिस दे डंडे पता चल जू किने लाई हुई है दो कुट बल्ले बल्ले सवेरे सवेरे गोरे गोरे हत्था दे नाल मिठी मिठी चाह पींदा सच्ची स्वाद ही आ जांदा व्हाट डिड यू से और रहन दे सोनिए तू मेरी अंग्रेजी समझन दी कोशिश कर पंजाबी मेरे ते रहन दे एक जोत शी इज फाइटिंग अगेन तेरी ओई सेली है तेरे ते गई है चला देखिए हुन किदे नाल लड़ पई क्यों पुलिस सदनी है हो गया ओ का तो लड़ी जाने हो यार गाइस व्हाई आर यू फाइटिंग एना नु पुछ लो इस जबरदस्ती लॉक तोड़ के अंदर जान नु फिरदा सी हां जान नु फिरदा सी ओ यार लॉक हो गया सी एवे गल पै गई मेरे हरजोत गल सुन ए हैगी एक जोत अमेंडा दी कॉलेज दी फ्रेंड है ठीक है हां जी एक जोत ए हरजोत है इंडिया तो आया है अपनी बेसमेंट च रहंदा पहला क्यों नहीं दसया ਤੁਸੀਂ ਕਿਹੜਾ ਮੌਕਾ ਦਿੱਤਾ ਮੈਨੂੰ ਕਰਮਾ ਆਰ ਫਲਾਈਟ ਇਸ ਟੂਡੇ ਵੀ ਹੈਵ ਟੂ ਗੋ ਓ ਜਾਣੇ ਆ ਜਾਣੇ ਓ ਕਰਮੇ ਹੁਣ ਇਹ ਕੀ ਖੋਲਣ ਨੂੰ ਕਹੀ ਜਾਂਦੀ ਆ ਯਾਰ ਓ ਯਾਰ ਇਹਦੀ ਮਾਸੀ ਅਮਰੀਕਾ 'ਚ ਤੀਜਾ ਵਿਆਹ ਕਰਾਉਣ ਨੂੰ ਫਿਰਦੀ ਆ ਉੱਥੇ ਜਾਣਾ ਤੇ ਫਿਕਰ ਨਾ ਕਰ ਅਸੀਂ ਛੇਤੀ ਮੋੜ ਆਵਾਂਗੇ ਓਕੇ ਇੱਕ ਜੋਤ ਹਰ ਜੋਤ ਨੂੰ ਜ਼ਰਾ ਟ੍ਰਾਂਸਪੋਰਟ ਤੱਕ ਛੱਡ ਦੇਈਂ ਪਲੀਜ਼ ਡੋਨਟ ਫਾਈਟ ਚੱਲ ਮੈਂਡਾ ਓਕੇ ਐਦਾਂ ਖੁੱਲਦਾ ਹੈ ਮੈਂ ਬਾਹਰ ਵੇਟ ਕਰ ਰਹੀ ਹਾਂ ਹੁਣ ਵੇਟ ਤੂੰ ਆਪੇ ਹੀ ਕਰੇਂਗੀ ਗੱਲ ਆਰਵੀ ਦਾ ਬ੍ਰਦਰ ਸਾਡੇ ਘਰੇ ਜੇ ਜਾਨਵਰ ਆਪਣਾ ਰਸਤਾ ਭਟਕ ਜਾਣਨਾ ਤਾਂ ਸਮਝਾਉਣ ਆਉਣਾ ਪੈਂਦਾ ਸਾਨੂੰ ਪਰ ਅਸੀਂ ਸਮਝਾਈਦਾ ਨਹੀਂ ਸਿੱਧਾ ਮਾਰ ਦਈਦਾ ਸ਼ਿੰਦਿਆ ਗਨ ਨੀਚੇ ਕਰ ਦੇਖ ਕਾਕਾ ਹੁਣ ਮੈਂ ਤੇ ਆਰਵੀ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ ਪਰ ਇੱਕ ਟਾਈਮ ਸੀਗਾ ਅਸੀਂ ਚੰਗੇ ਯਾਰ ਸੀ ਇਸ ਕਰਕੇ ਮੈਂ ਨਹੀਂ ਚਾਹੁੰਦਾ ਇੱਥੇ ਕੋਈ ਖੂਨ ਖਰਾਬਾ ਹੋਵੇ ਜੇ ਗੱਲ ਕਰਨੀ ਹੈ ਤਾਂ ਗਨ ਥੱਲੇ ਰੱਖ ਤੇ ਕਰ
जे तुहाडे बंदे साडे इलाके च आए तां लाशां मिलणगियां लाशां। फिर यह वाहिगुरु की ही मर्जी सी, एक जोत मेरे जीवन च आई तो मेरी जिंदगी नूं एक नवी दिशा दित्ती। हरजोत, जदों भी मैं कल्ला महसूस करती हाँ गुरद्वारा साहब आ जाती हाँ। दुनिया के सारे सुख एक पासे ते गुरद्वारे मत्था टेकन दा सुख एक पासे। जदों जिंदगी दे सारे राह बंद हो जाते हैं ना उदों फिर बाबा जी आप राह दिखाते हैं। नाले बड़े भागा वाले होंदे ने लोग जेड़े रोज गुरु घर आउंदे ने। कोई गल नहीं, जदों भी तेरा मन करे मैनू दस दई, मैं तेनू गुरुद्वारा साहब ले आऊंगी। हाँ एक जोत। खड़जा गुरजीत सिंह खड़जा, आ की करी जाना। बंदा तां तूं ठीक है पर मित्रा करम तेरे ढिले लगदे आ यार। शकल तेरी एक्टरां वर्गी आ, तू इत्थे ट्रांसपोर्टां च धक्के खाण आ गया। आ वेखिया, चुप करके काम कर। सॉरी यार गुरदीप। हाँ जी भाजी। जैज आई अज? पता नहीं भाजी, मैं नहीं देखा। की गल भाजी, गुस्से च लगदे हो? गुस्से नूं छड़, जैज दा साई कि नहीं उधर है यार, ऑफिस च। बड़ा तत्ता लगता है, तू कदे लई खड़ गया, तू तां चली जा। इजाजत किवें देती? जदों मजबूरियां हदों वध वध जान तां ज़मीरां दे सौदे करने पैंदे ने हरजोत। पर हरजोत अपने ज़मीर दा सौदा नहीं करूगा, अरबी कित्थे है? करे ही होणा, कुछ भी करन तो पहला एक बार सोच लें हरजोत। भाई ऐत की ता माल बहुत खरा है। चुप यार छोटिया। ओ भतीज, ओ जैस दा फोन आया सी ट्रांसपोर्ट तो, ओ जड़ा नवा मुंडा रखे ना, की नाम है उदा, हैरी। बड़ा गुस्से च है, इधर आ रहा। कोई गल नहीं चाचा, आ लेन दे। भाई की चल रहा ट्रांसपोर्ट च? ओ भाई दे नाल जी भी लगदा है, तमीज भूल गया है काके? तमीज नहीं, राह जरूर भूल गया सी। ओए तमीज नाल गल कर, तैनू पता तू किहदे नाल गल कर रहा? मैनू पता है किहदे नाल गल कर रहा मैं, मैनू सारा कुछ पता लग गया है कि तुसी साडे भोले भाले ड्राइवर भरावां तो की पुठे काम करवाने हो। पुठे काम? किहड़े पुठे कामां दी गल करदा तू? ओ पुठे काम जिहड़े तुहाडा घर चलाउंदे ने ते जिथों तुहाडियां जरूरतां पूरियां हुंदियां ने, तू एदां कर किवें सकदा है? मैं नहीं, हुण पुलिस करूगी। सुन लो आरबी, आरबी ना है मेरा राय बहादुर सिंह संधु। राय बहादुर सिंह संधु जिथे खड़ जांदा है दुनिया ओदे नाल खड़ जांदी है। तू ये गिद्दड़ भुपकियां दे के मैनू डराउणा है? नाले सुन लै, जिहड़ियां गड्डियां तुसी पिछले 6 महीने तो चला रहे हो वो मेरे नहीं तुहाडे नाम ते हैं। जे मैं फसूंगा नाल मेरे तुसी भी फसोंगे, जे मैं जेल जाऊंगा तुसी भी नाल जाऊंगे, ते जेल जाण तो बाद मेरे भरा तेरे दोस्त करमे दा ओदी भैण दा ते ओदी घरवाली दा की हाल करनगे तू सोच भी नहीं सकदा। जा दफा हो जा, देखदा मैं तेनू केड़ी भुआ परौंठे खवाउंदी है। जो मेरी किस्मत च होगा ना वो मैनू मिल के रहूगा। नाले मेरे बापू ने कहा सी कि जमीन बेच दी पर जमीर ना बेची। आ फड़ अपने ट्रक दियां चाबियां, हरजोत मुड़ के नहीं आउंदा। मजबूरियां बड़े बड़े दियां जमीरां बिकवा दिंदियां ने, तू की चीज है? ओए रे जा साले दा सामान चक के सड़ दे सड़क ते। ठीक है भाई,
नजर ना आवे किते। ओए तू हाले तक गया नहीं इत्थों? गल सुन ले, जे तू पुलिस जा होर किसी कोल गल भी कीती ना तो तेरे लिए बहुत माड़ा होगा। कड्डो इनू इत्थों, हाथ छड्डो, राह पता मैनू। खुशियां दे खेड़े हुंदे देश ही ने खुशियां दे खेड़े कनेडा की ने बात पुछनी हुंदे देश ही ने खुशियां दे खेड़े कनेडा की ने बात पुछनी केड़े पिंड हैगे नानके ने तेरे केड़े पिंड हैगे नानके ने तेरे किसे ना तेरी बात पुछनी हुंदे देश ही ने खुशियां दे खेड़े कनेडा की ने बात पुछनी छड़ के एक दिन बंदिया है पछताउना पैना उठे कमले पहिए रखदा इथे बनना पैना इसनू छड़ के एक दिन बंदिया है पछताउना पैना उठे कमले पहिए रखदा इथे बनना पैना नौकर बनना सिख लै नाले रुखे बोलां दा सैना धौण सुट के मनना पैना खुशियां दे खेड़े कनेडा की ने बात पुछनी पैसा पैसा करदा बंदिया क्या पैसे दियां बातां पैसा पाके भी मिलदियां इत्थे कालियां रातां पैसा पैसा करदा बंदिया क्या पैसे दियां बातां पैसा पाके भी मिलदियां इत्थे कालियां रातां सुन लै मेरी इक कन ला के रती झूठ ना आखां धार सोहणिया देस ना छड्डी छड़ी तार सोने या देश ना छड़ी ए हो मारा हाका हुंदे देश ही ने खुशियां दे खेड़े कनेडा की ने बात पुछनी केड़े पिंड है गे नानके ने तेरे केड़े पिंड है गे नानके ने तेरे कनेडा की ने बात पुछनी हुंदे देश ही ने खुशियां दे खेड़े कनेडा की ने ससिकाल बेबे ससिकाल पुत्त की गल बेबे सब ठीक ता है ठीक ठाक ही होना पुत्त मैं उठी सी ते तेरा प्यो पै गया मंजे ते की होया बापू नू अस्पताल लेके गए सी लेके गए सी अस्पताल ते उन्होंने जानदे कैंसर दसता कैंसर किसे चंगे डॉक्टर को इलाज करवाओ बापू दा इलाज तो ता ही करावांगे ना अस्पताल वाले 10 लाख रुपया मांगदे
ਹੁਣ ਤਾਂ ਬਸ ਤੈਨੂੰ ਦੇਖਦੇ ਤੂੰ ਭੇਜੇਗਾ ਤਾਂ ਹੋ ਜਾ ਨਹੀਂ ਸਾਡਾ ਕੌਣ ਹੈ ਪੁੱਤ ਪੈਸੇ ਦੀ ਫਿਕਰ ਨਾ ਕਰੋ ਬੇਬੇ ਬਸ ਬਾਪੂ ਦਾ ਇਲਾਜ ਕਿਸੇ ਚੰਗੇ ਡਾਕਟਰ ਕੋਲੋਂ ਕਰਵਾਓ ਚੰਗਾ ਪੁੱਤ ਚੰਗਾ ਰਹਿ ਚੰਗਾ ਕਰਮਾ ਬੋਲਦਾ ਹਾਈ ਕਰਮੀ ਫੋਨ ਕੀਤਾ ਸੀ ਤੂੰ ਤੈਨੂੰ ਹਰਜੋਤ ਦਾ ਕੁਝ ਪਤਾ ਚੱਲਿਆ ਨਹੀਂ ਇਕਜੋਤ ਹਲੇ ਤੱਕ ਤਾਂ ਕੁਝ ਪਤਾ ਨਹੀਂ ਚੱਲਿਆ ਮੈਂ ਵੀ ਕਰਮੇ ਹਰ ਜਗ੍ਹਾ ਲੱਭ ਲਿਆ ਟ੍ਰਾਂਸਪੋਰਟ ਵੀ ਗਈ ਸੀ ਕਿਤੇ ਕੁਝ ਪਤਾ ਨਹੀਂ ਚੱਲਿਆ ਕੋਈ ਨਾ ਅਸੀਂ ਆ ਰਹੇ ਹਾਂ ਵਾਪਸ ਅੱਜ ਹੀ ਪਰ ਜੇ ਫਿਰ ਵੀ ਤੈਨੂੰ ਕੁਝ ਪਤਾ ਲੱਗੇ ਤਾਂ ਮੈਨੂੰ ਇਨਫੋਰਮ ਜ਼ਰੂਰ ਕਰੀ ਹਾਂ ਜੇ ਤੈਨੂੰ ਵੀ ਕੁਝ ਪਤਾ ਚੱਲਿਆ ਤਾਂ ਮੈਨੂੰ ਫੋਨ ਕਰ ਦੀ ਓਕੇ ਹਾਂ ਜ਼ਰੂਰ ਕਰਾਂਗਾ ਬਾਏ ਓਕੇ ਬਾਏ ਯਾਰ ਨਾ ਆਰਬੀ ਸਾਹਿਬ ਕੁਝ ਦੱਸ ਰਹੇ ਹੈ ਤੇ ਨਾ ਹੀ ਟ੍ਰਾਂਸਪੋਰਟ ਦਾ ਕੋਈ ਬੰਦਾ ਦੱਸ ਰਿਹਾ ਆਖਿਰ ਹਰਜੋਤ ਗਿਆ ਤੇ ਗਿਆ ਕਿੱਥੇ ਹਰਜੋਤ ਕਿੱਥੇ ਚਲਾ ਗਿਆ ਸੀ ਯਾਰ ਤੂੰ ਯਾਰ ਤੈਨੂੰ ਕਿੱਥੇ ਕਿੱਥੇ ਨਹੀਂ ਲੱਭਿਆ ਭਲਾ ਕਰਮੇ ਤੈਨੂੰ ਪਤਾ ਆਰਬੀ ਮੇਰੇ ਭਰਾ ਤੇਰੇ ਦੋਸਤ ਕਰਮੇ ਦਾ ਉਹਦੀ ਭੈਣ ਦਾ ਤੇ ਉਹਦੀ ਘਰਵਾਲੀ ਦਾ ਕੀ ਹਾਲ ਕਰਨਗੇ ਤੂੰ ਸੋਚ ਵੀ ਨਹੀਂ ਸਕਦਾ ਵੀਰੇ ਤੂੰ ਮੈਨੂੰ ਆਰਬੀ ਕੋਲ ਲੈ ਚੱਲ ਯਾਰ ਬਾਈ ਤੈਨੂੰ ਮੈਂ ਪਹਿਲਾਂ ਹੀ ਦੱਸਿਆ ਸੀ ਤੂੰ ਆਪਦੇ ਕੰਮ ਦੇ ਨਾਲ ਕੰਮ ਰੱਖੀ ਉਹ ਵੀਰ ਮੇਰਿਆ ਇਹਨਾਂ ਵੱਡਿਆਂ ਬੰਦਿਆਂ ਤੋਂ ਆਪਾਂ ਦੂਰ ਹੀ ਚੰਗੇ ਆ ਚੱਲ ਛੱਡ ਤੂੰ ਆ ਬਾਕੀ ਗੱਲਾਂ ਗੱਡੀ 'ਚ ਕਰਦੇ ਆ ਮੈਂ ਟ੍ਰਾਂਸਪੋਰਟ ਫੋਨ ਕੀਤਾ ਸੀ ਆਰਬੀ ਘਰ ਹੀ ਆ ਚੱਲ ਵੀਰੇ ਮੈਂ ਵੀ ਨਾਲ ਹੀ ਚੱਲਦਾ ਤੇਰੇ ਨਹੀਂ ਕਰਮੇ ਵੀਰ ਮੈਂ ਆਰਬੀ ਨੂੰ ਛੱਡ ਕੇ ਵੀ ਇਕੱਲਾ ਹੀ ਆਇਆ ਸੀ ਤੇ ਮੈਂ ਜਾ ਕੇ ਇਕੱਲਾ ਹੀ ਮਨਾਉਂ ਜਿਵੇਂ ਤੇਰੀ ਮਰਜ਼ੀ ਇੱਜ਼ਤ ਸਿੱਟ ਸਿੱਟ ਸਾਲੇ ਨੂੰ ਸਾਲਾ ਬਣਿਆ ਇੱਜ਼ਤ ਦਾ ਸਿੱਟ ਲੈ ਸਿੱਟ ਲੈ ਉਹ ਬੁੱਲੇ 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 ਉਹ ਮਾਰ ਸਾਲੇ ਦੇ ਬਾਈ ਜੀ ਭਾਈ ਜੀ ਓਏ ਜੀ ਲੱਗ ਗਿਆ ਆ ਗਈ ਅਗਲ ਟਿਕਾਣੇ ਹੈ ਤੇਰੇ ਸਮਝਾਇਆ ਸੀ ਨਾ ਤੈਨੂੰ ਔਲਿਆਂ ਦਾ ਖਾਦਾ ਤੇ ਆਰਬੀ ਦਾ ਕਿਹਾ ਬਾਅਦ ਚ ਸਮਝ ਆਉਂਦਾ ਹੈ ਬਾਈ ਜੀ ਚਾਬੀਆਂ ਚਾਬੀਆਂ ਤਾਂ ਠੀਕ ਹੈ ਕਿਤੇ ਬਾਪੂ ਦੀ ਜ਼ਮੀਰ ਵਾਲੀ ਗੱਲ ਫਿਰ ਤਾਂ ਨਹੀਂ ਵਿੱਚ ਆ ਜਾਊ ਬਾਈ ਜੀ ਜ਼ਮੀਰ ਦਾ ਚੋਲਾ ਤਾਂ ਮਜਬੂਰੀਆਂ ਨੇ ਲਾਤਾ ਜਿਸ ਬਾਪੂ ਨੇ ਇਹ ਗੱਲ ਸਿਖਾਈ ਸੀ ਅੱਜ ਉਹਦੇ ਸਾਹਾਂ ਦੇ ਬਦਲੇ ਜ਼ਮੀਰ ਵੇਚ ਰਿਹਾ ਠੀਕ ਹੈ ਫਿਰ ਆ ਫੜ ਚਾਬੀਆਂ ਵੈਲਕਮ ਬੈਕ ਛੱਡਣਾ ਜੋ ਜੋ ਵੀ ਹੋਇਆ ਭੁੱਲ ਜਾ ਤੇ ਆ ਲੋ ਜੀ ਤੁਹਾਡੀ ਚਾਹ ਮਿੱਠਾ ਪੱਤੀ ਠੋਕ ਕੇ ਤੇ ਦੁੱਧ ਰੋਕ ਕੇ ਥੈਂਕ ਯੂ ਇਕਜੋਤ ਵੈਲਕਮ ਇਕਜੋਤ ਤੈਨੂੰ ਇੱਥੇ ਕੈਨੇਡਾ 'ਚ ਦੇਖ ਕੇ ਲੱਗਦਾ ਨਹੀਂ ਤੂੰ ਇੱਥੋਂ ਦੀ ਜੰਪਲ ਹੈ ਤੂੰ ਪੰਜਾਬ ਨੂੰ ਆਪਣੇ ਦਿਲ 'ਚ ਵਸਾ ਕੇ ਰੱਖਿਆ ਰਹਿੰਦੀ ਤਾਂ ਮੈਂ ਇੱਥੇ ਕੈਨੇਡਾ 'ਚ ਪਰ ਮੇਰਾ ਦਿਲ ਪੰਜਾਬ 'ਚ ਵਸਦਾ ਹੈ ਮੇਰਾ ਬਹੁਤ ਮਨ ਹੈ ਪੰਜਾਬ 'ਚ ਮੇਰਾ ਘਰ ਹੋਵੇ ਆਪਣਾ ਇੱਕ ਪਰਿਵਾਰ ਹੋਵੇ ਜਿਨ੍ਹਾਂ ਨਾਲ ਮੈਂ ਸਾਰੀ ਜ਼ਿੰਦਗੀ ਬਿਤਾਵਾਂ ਉਹਨਾਂ ਯਾਦਾਂ 'ਚ ਗੁਆਚ ਗਿਆ ਸੀ ਜੋ ਯਾਦ ਆਉਂਦਿਆਂ ਹੀ ਦਿਲ ਨੂੰ ਬਹੁਤ ਤਕਲੀਫ ਦਿੰਦੀਆਂ ਨੇ ਮੈਂ ਤੈਨੂੰ ਆਪਣੀ ਪਿਛਲੀ ਜ਼ਿੰਦਗੀ ਬਾਰੇ ਕੁਝ ਨਹੀਂ ਦੱਸਿਆ ਮੈਨੂੰ ਪਤਾ ਹੈ ਕਰਮੇ ਨੇ ਮੈਨੂੰ ਸਭ ਦੱਸਤਾ ਪੰਜਾਬ 'ਚ ਤੇਰੀ ਵਾਈਫ ਤਾਂ ਤੈਨੂੰ ਛੱਡਣਾ ਇਹਨਾਂ ਮਜਬੂਰੀਆਂ ਕਰਕੇ ਇੱਥੇ ਆ ਕੇ ਤੇਰਾ ਕੱਚਾ ਵਿਆਹ ਕਰਾਉਣਾ ਪਰ ਤੂੰ ਫਿਕਰ ਨਾ ਕਰ ਅਸੀਂ ਸਾਰੇ ਤੇਰੇ ਨਾਲ ਹਾਂ Sorry, I am wrong. Are you looking for someone? How are you? I'm fine. No, who are you? Hey,
Oh, yes, I'm Karma's wife. Acha, acha. Haan, bhabhi ji, sat sri akaal. Sat sri akaal. Badi soni bhabhi hai sadi. Acha, phir kithe hai Karma bhai? Oh, aa gaya Kohli bhai. Tainu hi udikda si. Chal, chaliye transport phir. Oh, chalde haan bhai. Aa ta tu ghare chand chadhai baitha. Tu rehne de kar, bhabhi hai tere. Sharma mainu. Mari intro. Chal, chaliye. Changa, changa. Amanda, aa tera deur kaam karda mere. Mai Gurpreet Kohli. Sat sri akaal bhabhi. Hogi teri sat sri akaal. Hogi. Chana hogi na. Chal, chal aa mere naal. Koi nahi bhabhi, mai phir aunga. Oh, chal aa ja. Kya zaroor aake piyo. Chal aa ja. Mai aunga tenu. Okay bhabhi, sat sri akaal. Chada shukeen. ਸਸਿਕਾਲ ਸਸਿਕਾਲ ਜੀ ਲੱਗਦਾ ਹੈ ਜ਼ਮੀਰ ਔਰ ਮਜਬੂਰੀ ਦੀ ਲੜਾਈ ਵਿੱਚ ਅੱਜ ਮਜਬੂਰੀ ਜਿੱਤ ਗਈ ਤੇ ਜ਼ਮੀਰ ਹਾਰ ਗਿਆ ਜਿਹਦੇ ਕਰਕੇ ਅੱਜ ਹਰਜੋਤ ਵਾਪਸ ਆ ਗਿਆ ਜੈਜ਼ ਕਈ ਵਾਰੀ ਸਿਆਣਿਆਂ ਦੀਆਂ ਸਿਖਾਈਆਂ ਗੱਲਾਂ ਸੁਣਨ ਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਪਰ ਉਹਨਾਂ ਤੇ ਅਮਲ ਕਰਨਾ ਬਹੁਤ ਔਖਾ ਹੁੰਦਾ ਚੱਲ ਕੋਈ ਨਾ ਹੁਣ ਦਿਲ ਲਾ ਕੇ ਕੰਮ ਕਰੀ ਬਾਬਾ ਆਪੇ ਹੀ ਮਿਹਰ ਕਰੂ ਬਸ ਹੁਣ ਤਾਂ ਬਾਬੇ ਹੱਥ ਡੋਰਾਂ ਨੇ ਆਪਾਂ ਤਾਂ ਪਤੰਗ ਵਾਂਗੂ ਉੱਡੀ ਜਾਣਾ ਹੈ ਆ ਆ ਲਓ ਆਪਣੇ ਅਗਲੇ ਟ੍ਰਿਪ ਦੇ ਪੇਪਰ ਓਕੇ ਫਿਰ ਮਿਲਦੇ ਆ ਗੁਰਦੀਪ ਓਏ ਹਾਂਜੀ ਬਾਈ ਜੀ ਆਇਆ ਉਹ ਆ ਜਾ ਭਰਾ ਆ ਜਾ ਆ ਗਿਆ ਆਪਣਾ ਨਵਾਂ ਲੋੜਾ ਦੇਖ ਲੈ ਆ ਕੇ ਕਰ ਤਿਆਰੀ ਐਤਕੀ ਕਿੱਥੇ ਫਿਰ ਟੋਰਾਂਟੋ ਉਹ ਟੋਰਾਂਟੋ ਭਾਵੇਂ ਐਲੇ ਉਹ ਡਰਾਈਵਰਾਂ ਨੇ ਤਾਂ ਗੇਅਰ ਹੀ ਪਾਉਣੇ ਆ ਉਸਤਾਦ ਜੀ ਤਿੰਨ ਦਿਨ ਆਣਿਆ ਤਿੰਨ ਦਿਨ ਜਾਣਿਆ ਹਫਤਾ ਪਾਰ ਹੈ ਚੱਲ ਵੀ ਗੁਰਦੀਪ ਸਿਆ ਖਿੱਚ ਲੈ ਤਿਆਰੀ ਉਹ ਤੈਨੂੰ ਸ਼ਰਮ ਨਹੀਂ ਆਉਂਦੀ ਇਹ ਕੰਮ ਕਰਦਿਆਂ ਨੂੰ ਡਰਗਾਂ ਵਿੱਚ ਪੈ ਗਿਆ ਤੂੰ ਇਹ ਬਿਮਾਰੀ ਤੈਨੂੰ ਲੈ ਕੇ ਬਹਿ ਜਾਊਗੀ ਕੁਛ ਤਾਂ ਸੋਚਿਆ ਹੁੰਦਾ ਆਪਣੇ ਪਿਓ ਬਾਰੇ ਉਹ ਡੈਡ ਤੁਸੀਂ ਕਦੇ ਮੇਰੇ ਬਾਰੇ ਸੋਚਿਆ ਸੀ ਮੋਮ ਦੇ ਜਾਣ ਤੋਂ ਬਾਅਦ ਤੁਸੀਂ ਵੀਕ ਵੀਕ ਘਰ ਨਹੀਂ ਆਉਂਦੇ ਸੀ ਬਸ ਪੈਸਿਆਂ ਦੇ ਪਿੱਛੇ ਸੀ ਪਰ ਪੁੱਤਰ ਇਹ ਪੈਸੇ ਮੈਂ ਤੇਰੇ ਖਾਤਰ ਕਮਾ ਰਿਹਾ ਸੀ ਤਾਂ ਕਿ ਘਰ ਜਾ ਕੇ ਤੈਨੂੰ ਕੋਈ ਪ੍ਰੋਬਲਮ ਨਾ ਆਵੇ ਪਰ ਤੁਸੀਂ ਕਦੇ ਇਹ ਪੁੱਛਿਆ ਕਿ ਮੈਨੂੰ ਪੈਸੇ ਦੀ ਲੋੜ ਹੈ ਕਿ ਤੁਹਾਡੀ ਪੂਰੇ ਪੂਰੇ ਦਿਨ ਮੈਂ ਇਸ ਘਰ ਦੇ ਵਿੱਚ ਇਕੱਲਾ ਬੈਠਾ ਰਹਿੰਦਾ ਸੀ ਪਰ ਹੁਣ ਤੁਹਾਨੂੰ ਮੇਰੀਆਂ ਗਲਤੀਆਂ ਨਜ਼ਰ ਆਉਂਦੀਆਂ ਨੇ ਮੈਂ ਅੱਜ ਜੋ ਵੀ ਹਾਂ ਉਹਦੇ ਚ ਕਸੂਰ ਹੈ ਤੁਹਾਡਾ ਮੇਰਾ ਨਹੀਂ ਮੈਨੂੰ ਬਚਪਨ ਵਿੱਚ ਟਾਈਮ ਨਾ ਦੇਣਾ ਮੈਨੂੰ ਪੈਸੇ ਹੀ ਚਾਹੀਦੇ ਨੇ ਦਾ ਮਤਲਬ ਚਾਹੀਦੇ ਨੇ ਸਟਾਪ ਇਟ ਐਂਡੀ ਹੁਣ ਤੂੰ ਪਿਓ ਤੇ ਹੱਥ ਚੱਕੇਗਾ ਵਟ ਯੂ ਨੋ ਅਬਾਊਟ ਕਰ ਮੈਨੇ ਨੂੰ ਟਰਕੀਆਂ ਦੇ ਨਾਲ ਆਪ ਵੇਖਿਆ ਸ਼ਰਮਾ ਜੀ ਇਹ ਗਲਤੀ ਸਾਰੀ ਤੁਹਾਡੀ ਹੈ ਜਦੋਂ ਖੁਦ ਪੁਲਿਸ ਤੁਹਾਡੇ ਕੋਲ ਬਾਰ-ਬਾਰ ਆਂਦੀ ਸੀ ਤੇ ਆ ਕੇ ਤੁਹਾਨੂੰ ਪੁੱਛਦੀ ਸੀਗੀ ਤੇ ਤੁਹਾਨੂੰ ਪਤਾ ਹੋਣ ਦੇ ਬਾਵਜੂਦ ਵੀ ਤੁਸੀਂ ਇਹਦੀ ਗਲਤੀ ਲੁਕਾਉਂਦੇ ਰਹੇ ਗਲਤੀ ਗਲਤੀ ਇਹ ਕਿ ਮੈਂ ਕੈਨੇਡਾ ਵਿੱਚ ਆਪਣੇ ਟੱਬਰ ਖਾਤਰ ਆਇਆ ਕਿ ਗਲਤੀ ਇਹ ਇਹਦੀ ਖਾਤਰ ਮੈਂ ਆਪਣੀ ਸਾਰੀ ਜਵਾਨੀ ਕੰਮਕਾਰ ਤੇ ਲਾਤੀ ਹੁਣ ਉਹੀ ਮੈਨੂੰ ਕੁੱਟਣ ਨੂੰ ਫਿਰਦਾ ਜੇ ਪੁਲਿਸ ਕੋਲ ਜਾਵਾਂ ਤੇ ਕਮਿਊਨਿਟੀ ਵਿੱਚ ਬਦਨਾਮੀ ਹੁੰਦੀ ਹੈ ਨਾ ਜਾਵਾਂ ਤੇ ਔਲਾਦ ਕੁੱਟਣ ਨੂੰ ਪੈਂਦੀ ਹੈ ਕਿੱਥੇ ਜਾਈਏ ਕਿੱਥੇ ਜਾਈਏ ਵਾਹਿਗੁਰੂ ਦਿਲ ਨਾ ਛੋਟਾ ਕਰੋ ਗੁਰਜੀ ਸਾਹਿਬ ਉਹ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਕਾਂ ਦਾ ਕਰਮ ਵੀਰ ਹਾਂ ਵੀਰ ਯਾਰ ਫੋਨ ਤਾਂ ਦਈ ਆਪਣਾ ਇੰਡੀਆ ਨੂੰ ਕਰਨਾ ਸੀਗਾ ਲੈ ਯਾਰ ਵੀਰ ਤੇਰੇ ਨਾਲੋਂ ਫੋਨ ਚੰਗਾ ਲੈ ਚੱਕ ਤੂੰ ਦੋ ਫੋਨ ਕਰ ਥੈਂਕ ਯੂ ਵੀਰੇ ਤੇ ਤੂੰ ਫਿਕਰ ਨਾ ਕਰ ਕੱਲ ਨੂੰ ਤੈਨੂੰ ਵੀ ਫੋਨ ਦਵਾਨਾ ਕੋਈ ਨਹੀਂ ਵੀਰੇ ਬਾਈ ਤੇਰੇ ਮੇਰੇ ਤੇ ਪਹਿਲਾਂ ਹੀ ਬਹੁਤ ਜ਼ਿਆਦਾ ਅਹਿਸਾਨ ਨੇ ਉਹ ਥੋੜਾ ਜਿਹਾ ਕੰਮ ਸੈੱਟ ਹੋ ਲਵੇ ਫੋਨ ਵੀ ਲੈ ਲਵਾਂਗੇ ਓ ਯਾਰ ਤੂੰ ਇਦਾਂ ਦੀਆਂ ਗੱਲਾਂ ਨਾ ਕਰ ਤੂੰ ਗੱਲ ਕਰ ਤੇ ਮੈਂ ਆਪਦਾ ਥੋੜਾ ਜਿਹਾ ਕੰਮ ਕਰਦਾ ਓਕੇ ਚੰਗਾ ਸਤਿ ਸ਼੍ਰੀ ਅਕਾਲ ਬੁਲਾ ਦੀ ਮੇਰੀ ਵੀ ਘਰੇ ਸਤਿ ਸ਼੍ਰੀ ਅਕਾਲ ਤਾਈ ਸਤਿ ਸ਼੍ਰੀ ਅਕਾਲ ਪੁੱਤ ਹਰਜੋਤ ਬੋਲਦਾ ਹਾਂ ਪੁੱਤ ਕੀ ਹਾਲ ਆ ਠੀਕ ਠਾਕ ਹੈ ਤਾਈ ਆ ਮਾੜਾ ਜਿਹਾ ਬੇਬੇ ਨੂੰ ਮੈਸੇਜ ਲਾ ਦਿਓ ਮੈਂ ਗੁਰਪ੍ਰੀਤ ਦੇ ਹੱਥ ਥੋੜੇ ਪੈਸੇ ਭੇਜੇ ਨੇ ਉਹ ਜਾ ਕੇ ਲੈ ਲਵੇ ਠੀਕ ਹੈ ਪੁੱਤ ਤੇ ਨਾਲੇ ਕਹਿ ਦਿਓ ਮੈਂ ਸ਼ਾਮੀ 9 ਵਜੇ ਕਾਲ ਕਰੂੰਗਾ ਤੇ ਬੇਬੇ ਨੂੰ ਬੁਲਾ ਕੇ ਰੱਖਿਓ ਤੁਸੀਂ ਹੈ ਨਾ ਪੁੱਤ ਬੁਲਾ ਲਾਂਗੇ ਤੇਰੀ ਬੇਬੇ ਨੂੰ ਠੀਕ ਹੈ ਤਾਈ ਇੱਕ ਜੋਤ ਤੂੰ ਇਸ ਟਾਈਮ ਅਮੈਂਡਾ ਤਾਂ ਘਰ ਹੈ ਨਹੀਂ ਜ਼ਰੂਰੀ ਤਾਂ ਨਹੀਂ ਮੈਂ ਅਮੈਂਡਾ ਨੂੰ ਮਿਲਣ ਆਈ ਹਾਂ ਆ ਕਰਮੇ ਵੀਰ ਮੈਂ ਕਰਮੇ ਨੂੰ ਮਿਲਣ ਵੀ ਨਹੀਂ ਆਈ ਕੀ ਮਤਲਬ ਮਤਲਬ ਹਰਜੋਤ ਤੈਨੂੰ ਮੈਂ ਸਮਝਾਉਣਾ ਜਦੋਂ ਜ਼ਿੰਦਗੀ ਇੱਕ ਰਾਹ ਬੰਦ ਕਰਦੀ ਆ ਤਾਂ ਦੂਜਾ ਖੋਲ ਵੀ ਦਿੰਦੀ ਆ ਤੇ ਜ਼ਿੰਦਗੀ ਦੇ ਉਸ ਦੂਸਰੇ ਰਾਹ ਦਾ ਨਾਂ ਹੈਗਾ ਇੱਕ ਜੋਤ ਵੀਰ ਇੱਕ ਜੋਤ ਬਹੁਤ ਚੰਗੀ ਕੁੜੀ ਆ ਇਹਨੂੰ ਅਪਣਾ ਲੈ ਕਰਮੇ ਵੀਰ ਜ਼ਿੰਦਗੀ 'ਚ ਮੈਂ ਇੰਨੇ ਰਿਸ਼ਤੇ ਗਵਾ ਚੁੱਕਾ ਹੁਣ ਮੇਰੇ 'ਚ ਹੋਰ ਹਿੰਮਤ ਨਹੀਂ ਨਵੇਂ ਰਿਸ਼ਤੇ ਬਣਾਉਣ ਦੀ ਯਾਰ ਬਾਈ ਤੂੰ ਮੇਰੀ ਗੱਲ ਤਾਂ ਸੁਣ ਨਹੀਂ ਕਰਮੇ ਤੂੰ ਰਹਿਣ ਦੇ
शायद मैं ही पागल सी जो एक तरफा रिश्ता जीने लगी सी। I'm sorry हरजोत, जे मेरी किसी गल ने तेनू हर्ट किया होगा। भाई यार तू मेरी गल ता सुन, हो सकता है जेडे रिश्ते तू गवा चुके हैं वाहेगुरु ने तेनू एक जोता रिश्ता बख्शा होवे। यार भाई देर ना कर, अपना लिया उन्हू, जा भाई जा। जोत, कि तू मेरा जिंदगी पर साथ देंगी? नहीं, पर तू ही तो क्या सी कि तू? हाँ इडियट, दवांगी। मेरे बारे सब जान दे होएगी? जरूर दवांगी। अखियां नूं हूं बोलन दे, चुप रहन दे बुलां नूं। अखियां नूं हूं बोलन दे, चुप रहन दे बुलां नूं। दिल बिच मुहब्बत दे, खिड़ लैन दे फुलां नूं। अखियां नूं, अखियां नूं, अखियां नूं हूं बोलन दे, चुप रहन दे बुलां नूं। अखियां नूं हूं बोलन दे, चुप रहन दे बुलां नूं। दिन खास मुहब्बत दा, किन्ना लगे अजीब जिहा एहसास मुहब्बत दा। मिनी मिनी पूरब गे, दिन खास मुहब्बत दा, किन्ना लगे अजीब जिहा एहसास मुहब्बत दा। कहिंदे रब भी बख्श दिंदा बचपन दिया पुला नू। अखियां नू, अखियां नू, अखियां नूं हूं बोलन दे, चुप रहन दे बुलां नूं। अखियां नूं हूं बोलन दे, चुप रहन दे बुलां नूं। कर कोशिश नकाम जही तैना दिल नूं टोकण दी, कोई वजह ता होवे नी ऐवे दिल नूं रोकण दी। ना कर कोशिश नकाम जही तैना दिल नूं टोकण दी, कोई वजह ता होवे नी ऐवे दिल नूं रोकण दी। इश्क ने कदम लिया दुनिया दे असूलां नूं। अखियां नूं, अखियां नूं, अखियां नूं हूं बोलन दे, चुप रहन दे बुलां नूं। अखियां नूं हूं बोलन दे, चुप रहन दे बुलां नूं। लोकी लब्बण ख्वाबां चों, असीं इक दूजे चों लब लिया। इंडी खेड़े निशान जिमें ओ नेड़े रब गया। लोकी लब्बण ख्वाबां चों, असीं इक दूजे चों लब लिया। इंडी खेड़े निशान जिमें ओ नेड़े रब गया। रज रज के माण लईए मौसम दियां खुल्लां नूं। अखियां नूं, अखियां नूं, अखियां नूं हूं बोलन दे, चुप रहन दे बुलां नूं। अखियां नूं हूं बोलन दे, चुप रहन दे बुलां नूं। एक जोत, यू नो एक बहुत बड़ी मिस हैपनिंग हो गई है। ओह रियली? या किथे? मलकीत अंकल दे घर कोल। ओह माय गॉड, तू ठीक है ना? या जोत, डोंट वरी, आई एम परफेक्टली फाइन। तू अपना ख्याल रखी, अपन मिलते हैं। ओके, यस, यू टू, बाय बाय। चलो एक जोत। थैंक यू। एक जोत की होया, बड़ा परेशान लग रही है, एनी प्रॉब्लम?
ਇੱਥੇ ਕੁਝ ਲੋਕਾਂ ਨੇ ਸਾਰੇ ਯੂਥ ਨੂੰ ਡਰੱਗ ਐਡਿਕਟਸ ਬਣਾ ਕੇ ਰੱਖਤਾ। ਹਰ ਰੋਜ਼ ਕਿਤੇ ਨਾ ਕਿਤੇ ਗੋਲੀ ਚੱਲਦੀ ਹੈ। ਚੱਲ ਤੂੰ ਛੱਡ ਨਾ, ਆਪਾਂ ਕੀ ਲੈਣਾ ਦੇਣਾ ਇਹਨਾਂ ਗੱਲਾਂ ਤੋਂ। ਲੈਣਾ ਦੇਣਾ ਹੈ, ਮੈਂ ਤੈਨੂੰ ਕਦੇ ਦੱਸਿਆ ਨਹੀਂ। ਮੇਰੇ ਬ੍ਰਦਰ ਦੀ ਡੈਥ ਦਾ ਕਾਰਨ ਡਰੱਗਸ ਹੀ ਹੈ। ਮੋਮ ਡੈਡ ਸਾਨੂੰ ਕੈਨੇਡਾ ਲੈ ਕੇ ਆਏ ਸੋਚ ਕੇ ਕਿ ਇੱਥੇ ਉਹਨਾਂ ਦੇ ਬੱਚਿਆਂ ਦੀ ਲਾਈਫ ਸੈਟਲ ਹੋ ਜੂਗੀ, ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਮੋਮ ਡੈਡ ਦੇ ਜਾਣ ਤੋਂ ਬਾਅਦ ਬ੍ਰਦਰ ਨੂੰ ਉਹਦੇ ਫਰੈਂਡਸ ਨੇ ਡਰੱਗਸ ਦੀ ਲੱਤ ਲਾਤੀ ਅਤੇ ਇੱਕ ਦਿਨ ਇਹਨਾਂ ਹੀ ਗਲੀਆਂ 'ਚ ਕਿਸੇ ਡਰੱਗ ਮਾਫੀਆ ਦੇ ਬੰਦੇ ਨੇ ਗੋਲੀ ਮਾਰਤੀ। ਅਤੇ ਉਸ ਦਿਨ ਤੋਂ ਜਦੋਂ ਵੀ ਮੈਨੂੰ ਕੋਈ ਡਰੱਗਸ ਨਾਲ ਜੁੜਿਆ ਬੰਦਾ ਮਿਲਦਾ, ਮੇਰਾ ਜੀ ਕਰਦਾ ਗੋਲੀ ਮਾਰਦਾ। ਕਿਆ ਬਾਤ ਹੈ ਮੇਰੇ ਸ਼ੇਰ ਦੇ, ਲੱਗਦਾ ਮਿਹਨਤਾਂ ਰੰਗ ਲਾ ਰਹੀਆਂ ਨੇ। $22 ਤਾਂ ਵਾਹਵਾ ਇਕੱਠੇ ਹੋ ਗਏ ਲੱਗਦੇ। ਬਸ ਵੀਰੇ, ਬਾਬੇ ਦੀ ਮਿਹਰ ਹੋ ਰਹੀ ਹੈ, ਇੰਨੇ ਕੁ ਡਾਲਰ ਬਣਾ ਲਏ ਨੇ ਕਿ ਪੰਜਾਬ ਜਾ ਕੇ ਬਾਪੂ ਦਾ ਕਰਜ਼ਾ ਲਾ ਸਕਾਂ ਤੇ ਭੈਣ ਦਾ ਵਿਆਹ ਕਰ ਸਕਾਂ। ਕਰਮੇ ਯਾਰ, ਮੇਰਾ ਇੱਕ ਛੋਟਾ ਜਿਹਾ ਕੰਮ ਕਰਦੇ। ਹਾਂ ਬਾਈ, ਦੱਸ ਕੀ ਕੰਮ ਹੈ। ਯਾਰ ਮੇਰੀ ਇੰਡੀਆ ਦੀ ਟਿਕਟ ਕਰਵਾ ਦੇ ਛੇਤੀ ਛੇਤੀ, ਹੁਣ ਮੈਥੋਂ ਹੋਰ ਇੰਤਜ਼ਾਰ ਨਹੀਂ ਹੁੰਦਾ। ਉਹ ਕਿਉਂ ਨਹੀਂ ਯਾਰ, ਤੂੰ ਬਸ ਜਾਣ ਦੀ ਤਿਆਰੀ ਕਰ, ਫਿਕਰ ਨਾ ਕਰ, ਟਿਕਟ ਮੈਂ ਆਪੇ ਕਰਾ ਦੂੰ। ਓ ਬਾਈ ਕਰਮ ਸਿੰਘ, ਸਤਿ ਸ੍ਰੀ ਅਕਾਲ। ਓ ਸਤਿ ਸ੍ਰੀ ਅਕਾਲ ਬਾਈ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ ਹੈ? ਹੋਰ ਬਾਈ, ਸਤਿ ਸ੍ਰੀ ਅਕਾਲ ਵੀ, ਓ ਬੱਲੇ ਬੱਲੇ ਬੱਲੇ, ਓ ਅੱਜ ਤਾਂ ਸਵੇਰੇ ਸਵੇਰੇ ਡਾਲਰਾਂ ਦੇ ਦਰਸ਼ਨ ਹੋ ਗਏ ਹੈ। ਓ ਵੈਰੀ ਗੁੱਡ ਵੈਰੀ ਗੁੱਡ। ਅੱਛਾ ਵੀ, ਤੈਨੂੰ ਆਰਬੀ ਸਾਹਿਬ ਨੇ ਨਾ ਘਰੇ ਬੁਲਾਇਆ, ਪਹੁੰਚ ਜੀ। ਓਏ, ਆਪਣੀਆਂ ਚੀਜ਼ਾਂ ਦੀ ਕਾਹਦੀ ਵੰਡ ਹੁੰਦੀ ਹੈ ਕਰਮ ਸਿਆ? ਆ ਮੈਨੂੰ ਫੜਾਓ ਜੀ, ਤੇ ਤੁਸੀਂ ਆਪਣਾ ਵੰਡ ਬਣਾਈ ਆਪਸ 'ਚ ਕਰੋ ਤੇ ਮੈਨੂੰ ਜਾਣ ਦਿਓ, ਹੈ ਨਾ? ਚੱਲੇ ਬਾਈ ਬਾਈ, ਹੈ ਚੱਲੀਏ ਬਾਈ ਫੇਰੇ ਦੀ ਟਿਕਟ ਕਰਾ। ਨਹੀਂ ਤੂੰ ਰਹਿਣ ਦੇ, ਰੁਕ ਤਾਂ ਸਹੀ, ਮੈਂ ਘਰੇ ਲੈ ਕੇ ਚਾਹ ਚੂ ਪਲਾ ਦੀ। ਓ ਲੈ ਚੱਲ ਯਾਰ, ਗਰੀਬਾਂ ਨੂੰ ਵੀ ਦਰਸ਼ਨ ਕਰ ਲੈਂਦੇ ਮਾੜੇ ਮੋਟੇ। ਭਤੀਜ, ਆ ਜਿਹੜਾ ਤੂੰ ਹੈਰੀ ਦੇ ਨਾਂ ਤੇ ਟਰੱਕ ਲਈ ਜਾ ਰਿਹਾ ਨਾ, ਨਵੇਂ ਪਿਆਦੇ ਤੇ ਕਿਤੇ ਹੱਦੋਂ ਵੱਧ ਭਰੋਸਾ ਨਾ ਕਰ ਲਈ, ਬਾਜ਼ੀ ਪਲਟਦਿਆਂ ਟਾਈਮ ਨਹੀਂ ਲੱਗਦਾ। ਚਾਚਾ, ਲੱਗਦਾ ਤੂੰ ਹਾਲੇ ਆਰਬੀ ਨੂੰ ਚੰਗੀ ਤਰ੍ਹਾਂ ਜਾਣਦਾ ਨਹੀਂ। ਪਰ ਭਤੀਜ, ਜਿਹੜਾ ਇੱਕ ਵਾਰੀ ਪਲਟ ਸਕਦਾ ਨਾ, ਉਹ ਫਿਰ ਕਦੇ ਵੀ ਪਲਟ ਸਕਦਾ। ਮੈਂ ਤਾਂ ਕਹਿੰਦਾ ਜ਼ਿਆਦਾ ਟਰੱਸਟ ਕਰਨਾ ਠੀਕ ਨਹੀਂ, ਸੋਚ ਲੈ। ਸਤਿ ਸ਼੍ਰੀ ਅਕਾਲ ਬਾਈ ਜੀ। ਆ ਬਈ ਹੈਰੀ, ਬੈਠ, ਤੇਰੀਆਂ ਹੀ ਗੱਲਾਂ ਚੱਲਦੀਆਂ ਸੀ। ਬਾਈ ਜੀ, ਗੱਲ ਤਾਂ ਮੈਂ ਵੀ ਤੁਹਾਡੇ ਨਾਲ ਇੱਕ ਜ਼ਰੂਰੀ ਕਰਨੀ ਸੀ। ਉਹ ਤੇਰੀਆਂ ਗੱਲਾਂ ਪੁੱਤਰਾ ਬਾਅਦ 'ਚ ਸੁਣਾਂਗੇ। ਆਰਬੀ ਤੈਨੂੰ ਚੱਕਣ ਨੂੰ ਫਿਰਦਾ ਤਾਂ ਕਹਿੰਦਾ ਮੈਨੇਜਰ ਬਣਾ ਦਈਏ, ਥੋੜ੍ਹੀ ਜਿਹੀ ਜ਼ਿੰਮੇਵਾਰੀ ਵੱਡੀ ਦੇ ਦਈਏ, ਖੁਸ਼ ਹੈ? ਪਰ ਬਾਈ ਜੀ, ਮੈਂ ਤਾਂ ਪੰਜਾਬ ਜਾਣਾ ਚਾਹੁੰਦਾ ਸੀ। ਪੰਜਾਬ? ਹਾਂਜੀ, ਕੁਛ ਦਿਨਾਂ ਲਈ। ਨਾਲੇ ਬਾਈ ਜੀ, ਇੰਨੇ ਕੁ ਪੈਸੇ ਕਮਾ ਲਏ ਨੇ ਕਿ ਭੈਣ ਦਾ ਵਿਆਹ ਕਰ ਦਵਾਂ ਜਾ ਕੇ, ਤੇ ਜਿਹੜਾ ਬਾਪੂ ਦਾ ਕਰਜ਼ਾ ਹੈ ਉਹ ਲਾ ਦੇਵਾਂ। ਠੀਕ ਹੈ, ਫਿਰ ਕਦੀ ਕਰਾਵਾਂ ਤੇਰੀ ਟਿਕਟ? ਟਿਕਟ ਬਾਈ ਜੀ ਕਰਮਾ ਕਰਵਾ ਰਿਹਾ। ਓਕੇ। ਸੋ ਬਾਈ ਜੀ, ਹੁਣ ਮੈਂ ਤਿਆਰੀ ਤਿਉਰੀ ਕਰਦਾ ਜਾ ਕੇ। ਚੰਗਾ ਬਾਈ, ਜਾ ਕੇ ਸੁੱਖ ਸੁਨੇਹਾ ਦੀ ਖਬਰ ਦੇ ਦੀ। ਠੀਕ ਹੈ ਬਾਈ ਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਭਤੀਜ, ਆ ਤਾਂ ਤੇਰਾ ਪਿਆਦਾ ਪਲਟ ਗਿਆ, ਉੜ ਗਿਆ ਤੋਤਾ। ਚਾਚਾ, ਸੋਚਣ ਦਾ ਕਿਹੜਾ ਮੁੱਲ ਲੱਗਦਾ? ਇਹ ਵੀ ਠੀਕ ਹੈ। ਹਰਜੋਤ, ਹਰਜੋਤ, ਹਰਜੋਤ! ਉਹ ਕੀ ਹਰਜੋਤ, ਹਰਜੋਤ ਲਾਈ ਹੈ? ਆਹ ਦੇਖ, ਬਾਪੂ ਲਈ ਲਿਆਂਦਾ ਹੈ, ਵਧੀਆ ਲੱਗਦਾ ਨਾ? ਨਾਲੇ ਆਹ ਦੇਖ, ਭੈਣ ਲਈ, ਠੀਕ ਹੈ ਨਾ? ਹਾਂ, ਵਧੀਆ ਨਾ? ਤੇ ਇਹ ਮਾਤਾ ਲਈ। ਓ ਬਾਈ, ਤੇਰੇ ਪਿੰਡੋਂ ਫੋਨ ਆਇਆ। ਤਾਂ ਕੀ ਹੋ ਗਿਆ? ਤਾਈ ਬਹੁਤ ਘਬਰਾਈ ਹੋਈ ਸੀਗੀ, ਤੂੰ ਪਹਿਲਾਂ ਫੋਨ ਸੁਣ ਆ ਕੇ। ਸਤਿ ਸ੍ਰੀ ਅਕਾਲ ਤਾਈ। ਸਤਿ ਸ੍ਰੀ ਅਕਾਲ ਪੁੱਤ। ਹਰਜੋਤ ਬੋਲਦਾ, ਸਭ ਠੀਕ ਠਾਕ ਹੈ? ਠੀਕ ਠਾਕ ਆ ਦੇ ਪੁੱਤ, ਕਿੱਦਾਂ ਦੱਸਾਂ ਤੈਨੂੰ? ਕੀ ਗੱਲ ਹੋ ਗਈ ਤਾਈ, ਢਿੱਲੀ ਜੀ ਬੋਲੀ ਜਾਣੀ ਹੈ, ਸਾਰਾ ਸਾਫ਼ ਸਾਫ਼ ਦੱਸ ਮੈਨੂੰ, ਕੀ ਗੱਲ ਹੋਈ? ਮੇਰਾ ਦਿਲ ਬੜਾ ਘਬਰਾਈ ਜਾਂਦਾ ਹੈ। ਤੈਨੂੰ ਪਤਾ ਨਹੀਂ ਲੱਗਾ ਤੇਰੇ ਘਰ ਨੂੰ ਕਿਵੇਂ ਅੱਗ ਲੱਗ ਗਈ, ਸਾਰਾ ਟੱਪਰ ਸੜ ਕੇ ਸਵਾਹ ਹੋ ਗਿਆ। ਤਾਈ ਇਹ ਕੀ ਕਹਿ ਰਹੀ ਹੈ? ਤਾਈ ਤੂੰ ਜਲਦੀ ਆ ਜਾ ਪੁੱਤ, ਜਲਦੀ ਆ ਜਾ ਪੁੱਤ। ਸੰਭਾਲ ਆਪਣੇ ਆਪ ਨੂੰ ਯਾਰ, ਚਾ ਛੇਤੀ ਕਰ, ਆਪਾਂ ਇੰਡੀਆ ਚੱਲਦੇ ਹਾਂ। ਹੁਣ ਇੰਡੀਆ ਕਿਹਦੇ ਕੋਲ ਜਾਵਾਂਗੇ? ਸਾਰਾ ਕੁਛ ਤਾਂ ਸੜ ਕੇ ਸਵਾਹ ਹੋ ਗਿਆ, ਮੇਰੇ ਚ ਇੰਨੀ ਹਿੰਮਤ ਨਹੀਂ ਕਿ ਮੈਂ ਇੰਡੀਆ ਜਾ ਕੇ ਉਸ ਸਵਾਹ ਨੂੰ ਦੇਖ ਸਕਾਂ। ਮੈਂ ਵੀ ਮਰ ਜਾਣਾ ਚਾਹੁੰਦਾ, ਮੈਂ ਜੀ ਕੇ ਕੀ ਕਰਨਾ, ਸਾਰਾ ਕੁਛ ਤਾਂ ਸੜ ਕੇ ਸਵਾਹ ਹੋ ਗਿਆ। ਉਹ ਵੀਰੇ, ਸੰਭਾਲ ਆਪਣੇ ਆਪ ਨੂੰ, ਅਸੀਂ ਸਾਰੇ ਤੇਰੇ ਨਾਲ ਹਾਂ।
माफ करी बापू, तेरा हरजोत तेरे लिए कुछ नहीं कर सकया, तेरी उम्मीद ते खरा नहीं उतर सकया। हरजोत मेरे मैंने थोड़ी देर लिए कला छड़ दे। ਭਤੀਜ ਉਹ ਬੱਚੇ। ਹਾਂ ਚਾਚਾ। ਆ ਬੌਬ ਦੇ ਕਤੂਰੇ ਨਾ ਬੜੀਆਂ ਛਾਲਾਂ ਮਾਰੀ ਜਾਂਦੇ ਨੇ। ਬੜਾ ਖੋਰੂ ਪਾਇਆ, ਮੈਂ ਤਾਂ ਕਹਿੰਦਾ ਠੋਕ ਦੇ। ਕਹਿੰਦਾ ਤਾਂ ਤੂੰ ਠੀਕ ਹੈ ਚਾਚਾ? ਭਾਈ ਮੈਂ ਕਿਹਾ ਸੀ ਨਾ ਬੌਬ ਉਹਦੀ ਕੁੱਤੇ ਦੀ ਪੂਛ ਆ, ਉਹਨਾਂ ਨੇ ਇੰਨੀ ਆਸਾਨੀ ਨਾਲ ਨਹੀਂ ਸੁਧਰਨਾ। ਸਾਡੇ ਏਰੀਏ ਚ ਫੇਰ ਮਾਲ ਵੇਚੀ ਜਾਂਦੇ ਆ, ਇੰਨਾ ਸਮਝਾਉਣ ਦੇ ਬਾਵਜੂਦ ਫੇਰ ਨਹੀਂ ਸਮਝਦੇ। ਮੈਂ ਉਹਨਾਂ ਸਾਲਿਆਂ ਦੇ ਗੋਲੀ ਮਾਰਨੀ ਹੈ ਜਾਂ ਆਪਣੇ। ਰਿਕ ਇਹਨੂੰ ਥੱਲੇ ਰੱਖ, ਆ ਫੜ ਤੇ ਚੱਕ ਦੇ। ਦਲਵੀਰ। ਹਾਂ। ਹਾਏ, long time. Hi Ekjot, hello, how are you? Nice to see you. ਵਿਆਹ ਤੋਂ ਬਾਅਦ ਕਿੱਥੇ ਗਾਇਬ ਹੋ ਗਈ ਸੀ? ਉਹ ਪਤਾ ਕੀ ਹੈ, ਜਿਹੜੀ ਟਰਾਂਸਪੋਰਟ 'ਚ ਮੇਰੇ ਹਸਬੈਂਡ ਕੰਮ ਕਰਦੇ ਸੀ ਨਾ, ਉਹਦਾ ਸਾਨੂੰ ਪਤਾ ਲੱਗਿਆ ਕਿ ਬਿਜ਼ਨਸ ਡਰੱਗਸ ਦੇ ਨਾਲ ਸੀਗਾ। Oh my god. ਸੋ ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗ ਗਿਆ ਤੇ ਫਿਰ ਅਸੀਂ ਉਸੇ ਵੇਲੇ ਅਮਰੀਕਾ ਸ਼ਿਫਟ ਹੋ ਗਏ। I'm so sorry, I hope ਹੁਣ ਸਾਰਾ ਕੁਝ ਠੀਕ ਆ। By the way, ਕਿਹੜੀ ਟਰਾਂਸਪੋਰਟ 'ਚ ਕੰਮ ਕਰਦਾ ਸੀ? ਉਹ ਇੱਥੇ ਲੋਕਲ ਹੀ ਆ, ਤੂੰ ਸੁਣਿਆ ਹੀ ਹੋਣਾ ਆਰਬੀ ਟਰਾਂਸਪੋਰਟ। Are you sure? Because mera boyfriend bhi utthe kaam karda hai, unne ta kade dassya nahi. Acha? Haan. Fir pata ki hai? Ya ta onu pata nahi hai, ya fir oh janbujh ke anjaan band hai. Maasi, chaliye? Haan haan, chalde hai. Acha Ekjot, aapa fir milde hai. Main hun chaldi hai, okay? You take care. Yeah, bye. Yeah, come on, bitao. Ethe kuch lokal sare hindu drug addicts ban gaye. ਚੱਲ ਤੂੰ ਛੱਡ ਨਾ, ਆਪਾਂ ਕੀ ਲੈਣਾ ਦੇਣਾ ਇਹਨਾਂ ਗੱਲਾਂ ਦਾ। ਉਹ ਖੜੇ ਸਾਲੇ, ਸੋਚਦਾ ਕੀ ਆ? ਮਾਰ ਗੋਲੀ ਸਾਲਿਆਂ ਦੇ, ਕੱਲ ਦੇ ਜਵਾਕ ਸਾਡੇ ਪਿਓ ਬਣ ਨੂੰ ਫਿਰਦੇ ਆ। ਕਿਲ ਦੈਮ।
ਅਰਜੋਤ ਵੀਰ ਜ਼ਿੰਦਗੀ ਤਾਂ ਭੈਣਾਂ ਨਾਲ ਹੀ ਹੁੰਦੀ ਹੈ। ਹੁਣ ਦਿਖਾਵੇ ਦਾ ਅਫਸੋਸ ਕਰਨ ਦਾ ਕੀ ਫਾਇਦਾ? ਕੀ ਮਤਲਬ ਹੈ ਤੇਰਾ? ਮਤਲਬ ਇਹ ਕਿ ਇਹ ਜਾਣਦੇ ਹੋਏ ਵੀ ਕਿ ਆਰਬੀ ਟ੍ਰਾਂਸਪੋਰਟ 'ਚ ਡਰੱਗ ਸੇਲ ਹੁੰਦੀ ਹੈ, ਤੂੰ ਫੇਰ ਵੀ ਉੱਥੇ ਕੰਮ ਕਰ ਰਿਹਾ ਹੈ। ਹੋ ਸਕਦਾ ਮੇਰੀ ਮਜਬੂਰੀ ਹੋਵੇ। ਮਜਬੂਰੀ? ਕਿਹੜੀ ਮਜਬੂਰੀ? ਆਪਣੇ ਘਰ ਨੂੰ ਬਚਾਉਣ ਲਈ? ਤੂੰ ਇੰਨਾ ਮਤਲਬੀ ਹੋ ਗਿਆ ਕਿ ਆਪਣਾ ਘਰ ਬਚਾਉਣ ਲਈ ਲੋਕਾਂ ਦਾ ਘਰ ਬਰਬਾਦ ਕਰਨ ਲਈ ਤਿਆਰ ਹੋ ਗਿਆ? ਅਗਰ ਇਹ ਕੰਮ ਮੈਂ ਨਾ ਕਰਦਾ ਤਾਂ ਇਹ ਕੰਮ ਕੋਈ ਹੋਰ ਕਰਦਾ, ਪਰ ਇਹ ਏਦਾਂ ਹੀ ਹੋਣਾ ਸੀ। ਸ਼ਾਇਦ ਫੇਰ ਇਹ ਨਾ ਹੁੰਦਾ ਜੇ ਤੂੰ ਆਰਬੀ ਦਾ ਸਾਥ ਦੇਣ ਦੀ ਬਜਾਏ ਪੁਲਿਸ ਦਾ ਸਾਥ ਦਿੰਦਾ। ਨਾ ਤਾਂ ਅੱਜ ਤੇਰੇ ਕੋਲ ਤੇਰੀ ਫੈਮਿਲੀ ਆ, ਨਾ ਕਰਮੇ ਕੋਲ ਉਹਦੀ ਸਿਸਟਰ। ਹਜੇ ਵੀ ਟਾਈਮ ਹੈਗਾ ਹਰਜੋਤ, ਤੂੰ ਹਜੇ ਵੀ ਪੁਲਿਸ ਦਾ ਸਾਥ ਦੇ ਸਕਦਾ। ਸ਼ਾਇਦ ਤੂੰ ਠੀਕ ਕਹਿ ਰਹੀ ਹੈ ਕਿਜੋਤ, ਇਹ ਸਭ ਕੁਝ ਕਰਕੇ ਸ਼ਾਇਦ ਮੇਰੇ ਪਾਪਾ ਦਾ ਕੜਾ ਥੋੜਾ ਘੱਟ ਜਾਵੇ। Amanda, be strong. I know it's hard. I know it's hard, Karma. There is nothing we can do. She is gone now. I know you loved her very much. I know you loved her very much, Karma. Amanda, us masoom ne unna da ki vigaadeya si? Pata nahi rab inna zeher de vapariyan nu kadon saza dauga. We all have to do something about this. We need to be strong. We need to be strong, Karma. Pure din main is ghar de vich kalla baitha rehnda si, par hun tuhanu meriyan galtiyan nazar aundiyan ne. Main ajj jo vi haan ohde vich kasoor hai tuhada, mera nahi. Ha fad 100 da note te aa 10 hor ਤੇ ਜਾ ਕੇ ਚਾਚੇ ਦੇ ਮੁੰਡੇ ਨੂੰ ਕਹਿ ਦੀ ਮੇਰਾ ਬਾਪ 100 ਮੰਗੇ ਤੇ 110 ਦਿੰਦਾ। ਭੁਰਜੀ ਸਾਹਿਬ ਹੌਸਲਾ ਰੱਖੋ, ਹੌਸਲਾ। ਹੌਸਲਾ ਕਿੱਦਾਂ ਰੱਖਾਂ, ਮੇਰਾ ਜਵਾਨ ਪੁੱਤਰ ਮਾਰਿਆ ਗਿਆ। ਤੁਸੀਂ ਦੇਖੋ ਤੁਹਾਨੂੰ ਸ਼ਰਮਾ ਜੀ ਨੇ ਕਿੰਨਾ ਸਮਝਾਇਆ, ਕਿੰਨੀ ਵਾਰ ਪੁਲਿਸ ਘਰ ਆਈ ਆ। ਜੇ ਤੁਸੀਂ ਉਦੋਂ ਸੱਚ ਸੱਚ ਦੱਸਿਆ ਹੁੰਦਾ ਤਾਂ ਇਹ ਪਾਉਣਾ ਨਾ ਵਰਤਵਾ। ਮੈਂ ਨਹੀਂ ਜੀਣਾ ਮੰਗਦਾ, ਮੈਂ ਕਿਹਦੇ ਲਈ ਜੀਵਾਂ, ਮੈਂ ਨਹੀਂ ਜੀਣਾ ਮੰਗਦਾ। ਉਹ ਨਹੀਂ ਨਹੀਂ ਭੁਰਜੀ ਸਾਹਿਬ, ਜੀਣਾ ਜੀਣਾ ਤੁਸੀਂ ਉਹਨਾਂ ਲੋਕਾਂ ਲਈ, ਉਹਨਾਂ ਬੱਚਿਆਂ ਲਈ ਜੋ ਇਸ ਨਸ਼ੇ ਦੀ ਦਲਦਲ 'ਚ ਫਸੇ ਨੇ, ਉਹਨਾਂ ਨੂੰ ਨਸ਼ੇ ਦੀ ਦਲਦਲ 'ਚੋਂ ਬਾਹਰ ਕੱਢਣ ਲਈ ਜੀਣਾ ਪੈਣਾ। ਬੌਬ ਦੇ ਭਰਾ ਨੂੰ ਮਾਰ ਕੇ ਤੂੰ ਖੁਦਕੁਸ਼ੀ ਕਰਨ ਵਾਲਾ ਕੰਮ ਕੀਤਾ ਏ ਕਾਕਾ, ਤੇਰਾ ਕੀ ਖਿਆਲ ਹੈ? ਮਾਤਮ ਸਿਰਫ ਬੌਬ ਦੇ ਘਰ ਹੋਊਗਾ? ਏ ਬੌਬ, ਤੈਨੂੰ ਸੁਪਨੇ ਬੜੇ ਆਉਂਦੇ ਆ, ਪਰ ਮੈਂ ਧਰਤੀ ਘੁਮਾ ਦੂੰ, ਅਸਮਾਨ ਡਿਗਾ ਦੂੰ, ਸਮੁੰਦਰ ਪਾੜ ਦੂੰ। ਉਹ ਤੂੰ ਕੀ ਆਏ ਮੇਰੇ ਸਾਹਮਣੇ? ਕਾਕਾ, ਜਦੋਂ ਮੌਤ ਸਾਹਮਣੇ ਆਵੇ ਨਾ ਤਾਂ ਰੱਬ ਨੂੰ ਯਾਦ ਕਰੀਦਾ, ਫਿਰ ਮੌਤ ਸੌਖੀ ਆ ਜਾਂਦੀ ਹੈ। ਮਾਰ ਦੋ ਸਾਲੇ ਨੂੰ। ਬਾਬ, ਆ ਜਿਹੜੇ ਕੁੱਤਿਆਂ ਨਾਲ ਤੂੰ ਘੁੰਮ ਰਿਹਾ ਨਾ, ਇਹ ਕੁੱਤੇ ਹੈ ਤਾਂ ਤੇਰੇ ਪਰ ਵਫਾਦਾਰ ਮੇਰੇ। ਸ਼ੂਟ ਹਿਮ।
ਉਹ ਸੱਚ ਬਾਈ ਬੌਬ ਦੇ ਭਰਾ ਨੂੰ ਮਾਰਨ ਵੇਲੇ ਕਰਮੇ ਦੀ ਭੈਣ ਦੇ ਵੀ ਗੋਲੀ ਲੱਗ ਚੱਲ ਕੋਈ ਗੱਲ ਨੀ ਇਹੋ ਜਿਹੀਆਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਨੇ ਆਵੇ ਹੈਰੀ ਬੈਠ ਡਾਕਟਰ ਪੁਰਜੀ ਦੇ ਮੁੰਡੇ ਬਾਰੇ ਤੇ ਕਰਮੇ ਦੀ ਭੈਣ ਬਾਰੇ ਪਤਾ ਲੱਗਿਆ ਸੁਣ ਕੇ ਬੜਾ ਅਫਸੋਸ ਹੋਇਆ ਅਫਸੋਸ ਤੈਨੂੰ ਕਾਹਦਾ ਅਫਸੋਸ ਇਹ ਸਭ ਤੇਰਾ ਤਾਂ ਕੀਤਾ ਕਰਾਇਆ ਸੀ ਬੜੀ ਵਾਚ ਯੋਰ ਲੈਂਗੁਏਜ ਇੱਥੇ ਤੇ ਗੋਲੀ ਵੱਜਣ ਦੀ ਆਵਾਜ਼ ਵੀ ਨਹੀਂ ਸੁਣਦੀ ਵੇਖ ਹੋਲਡ ਡਾਊਨ ਸਾਡਾ ਕੀਤਾ ਕਰਾਇਆ ਉਹ ਦਿਨ ਭੁੱਲ ਗਿਆ ਜਦੋਂ ਆਪਣੀ ਮਜਬੂਰੀਆਂ ਦੇ ਵਾਸਤੇ ਦੇ ਕੇ ਆਪਣੇ ਜ਼ਮੀਰਾਂ ਦੇ ਸੌਦੇ ਕਰਕੇ ਗਿਆ ਸੀ ਹਾਂ ਕੀਤੇ ਸੀ ਜ਼ਮੀਰਾਂ ਦੇ ਸੌਦੇ ਜਿਨ੍ਹਾਂ ਲਈ ਉਹ ਜ਼ਮੀਰਾਂ ਦੇ ਸੌਦੇ ਕੀਤੇ ਸੀ ਅੱਜ ਮੇਰਾ ਉਹ ਪਰਿਵਾਰ ਵੀ ਨਹੀਂ ਰਿਹਾ ਤੇ ਨਾ ਉਹ ਮਜਬੂਰੀਆਂ ਰਹੀਆਂ ਹੁਣ ਮੈਂ ਚੱਲਿਆ ਪੁਲਿਸ ਕੋਲ ਆਰਬੀ ਹਜੇ ਵੀ ਟਾਈਮ ਹੈ ਸੁਧਰ ਜਾ ਹੈਰੀ ਸ਼ੇਰ ਦੀ ਗੋਦੀ 'ਚ ਬਹਿ ਕੇ ਉਹਦੀਆਂ ਮੁੱਛਾਂ ਨਾਲ ਖਿਲਵਾੜ ਨਹੀਂ ਕੀਤਾ ਜਾਂਦਾ ਅਜੇ ਵੀ ਸੋਚ ਲੈ ਹੁਣ ਸੋਚਣ ਦਾ ਨਹੀਂ ਕਰਨ ਦਾ ਟਾਈਮ ਹੈ ਆਰਬੀ ਬਾਈ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ ਇਹ ਬੰਦਾ ਆਪਣੇ ਲਈ ਕਦੇ ਵੀ ਮੁਸੀਬਤ ਬਣ ਸਕਦਾ ਆਰਬੀ ਨੂੰ ਮੁਸ਼ਕਲਾਂ ਹੈਂਡਲ ਕਰਨ ਨੂੰ ਟਾਈਮ ਹੀ ਕਿੰਨਾ ਕੁ ਲੱਗਦਾ ਜਾ ਚੱਕ ਦੇ ਬੋਇਸ ਲੈਟਸ ਗੋ ਇਕਜੋਤ ਮੈਨੂੰ ਪਤਾ ਹੈ ਤੂੰ ਮੇਰੇ ਨਾਲ ਕੋਈ ਰਿਸ਼ਤਾ ਰੱਖਣਾ ਨਹੀਂ ਚਾਹੁੰਦੀ ਮੈਂ ਵੀ ਤੈਨੂੰ ਮਜਬੂਰ ਨਹੀਂ ਕਰਾਂਗਾ ਅਤੇ ਨਾ ਹੀ ਮੈਂ ਤੈਨੂੰ ਆਪਣੇ ਰਿਸ਼ਤੇ ਨੂੰ ਬਚਾਉਣ ਲਈ ਕੋਈ ਸਫਾਈ ਲੈ ਕੇ ਆਇਆ ਮੇਰੇ ਕਰਕੇ ਜਿੰਨੇ ਮਾਸੂਮਾਂ ਦੀਆਂ ਜ਼ਿੰਦਗੀਆਂ ਬਰਬਾਦ ਹੋਈਆਂ ਨੇ ਉਹ ਸਜ਼ਾ ਭੁਗਤਣ ਲਈ ਮੈਂ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰਨ ਚੱਲਾਂ ਹੋ ਸਕੇ ਤਾਂ ਮੈਨੂੰ ਮਾਫ਼ ਕਰ ਦੀ ਇਹ ਤੂੰ ਕੀ ਕੀਤਾ ਵਿਜੋਤ ਮੇਰੇ ਗੁਨਾਹਾਂ ਦੀ ਸਜ਼ਾ ਤੂੰ ਆਪਣੇ ਸਿਰ ਲੈ ਲਈ ਜੇ ਤੈਨੂੰ ਕੁਛ ਹੋ ਗਿਆ ਤਾਂ ਮੈਂ ਕਿਹਦੇ ਲਈ ਜੀਊਂਗਾ ਨਹੀਂ ਹਰਜੋਤ ਤੂੰ ਜੀਏਂਗਾ ਜੋ ਤੇਰੇ ਨਾਲ ਤੇ ਮੇਰੇ ਵੀਰ ਨਾਲ ਹੋਇਆ ਕਿਸੇ ਹੋਰ ਨਾਲ ਨਹੀਂ ਹੁੰਦੇਗਾ ਵਾਅਦਾ ਕਰ ਮੈਂ ਵਾਅਦਾ ਕਰਦਾ ਮੈਂ ਵਾਅਦਾ ਕਰਦਾ ਕਰਮੇ ਯਾਰੇ ਰੱਬ ਵੀ ਪਤਾ ਨਹੀਂ ਕਿਹੜੇ ਰੰਗਾਂ 'ਚ ਰਾਜੀ ਹੈ ਯਾਰੇ ਰੱਬ ਨੇ ਸਭ ਕੁਛ ਖੋਲਿਆ ਮੇਰੇ ਤੋਂ ਮੇਰਾ ਪਰਿਵਾਰ ਮੇਰਾ ਦੇਸ਼ ਮੇਰਾ ਪੰਜਾਬ ਇਸ ਸਭ ਤੋਂ ਬਾਅਦ ਇੱਕ ਜੋਤ ਮੇਰੇ ਜੀਵਨ 'ਚ ਇੱਕ ਉਮੀਦ ਬਣ ਕੇ ਆਈ ਸੀ ਲੱਗਦਾ ਮੇਰੇ ਗੁਨਾਹਾਂ ਦੀ ਸਜ਼ਾ ਮਿਲੀ ਹੈ ਇੱਕ ਜੋਤ ਨੂੰ ਮੈਨੂੰ ਮਾਫ਼ ਕਰੀ ਕਰਮਿਆ ਟਰਾਂਸਪੋਰਟ 'ਚ ਡਰੱਗ ਦਾ ਕੰਮ ਹੁੰਦਾ ਇਹ ਸਾਰਾ ਕੁਝ ਜਾਣਦੇ ਹੋਏ ਵੀ ਮੈਂ ਤੈਨੂੰ ਨਹੀਂ ਦੱਸਿਆ ਬਾਈ ਉਹ ਤੇਰੀ ਮਜਬੂਰੀ ਸੀ ਪਰ ਹੁਣ ਬਹੁਤ ਹੋ ਗਿਆ ਇਹ ਗੱਲਾਂ ਕਰਨ ਦਾ ਵਕਤ ਨਹੀਂ ਕੁਝ ਕਰਨ ਦਾ ਵਕਤ ਆ ਤੂੰ ਫਿਕਰ ਨਾ ਕਰ ਕਰਮਿਆ ਜੋ ਗੇਮ ਆਰਬੀ ਨੇ ਸਾਡੇ ਨਾਲ ਖੇਡੀ ਹੈ ਉਹੀ ਗੇਮ ਅਸੀਂ ਆਰਬੀ ਨਾਲ ਖੇਡਾਂਗੇ Let's go dance. Come on. Yo no sé si tú, no sé si yo, seguiremos siendo como hoy, no sé si después de amanecer.
vamos a sentir la misma sed. ¿Para qué pensar y suponer? No preguntes cosas que no sé. Yo no sé. Hello? Yeah, it's done. Oye, ¿tú este? ¿Lagta tú mere hatho hi marega? ਜਦੋਂ ਆਪਣੀ ਜਾਨ ਦਾ ਪਤਾ ਨਾ ਹੋਵੇ ਨਾ ਤਾਂ ਦੂਜਿਆਂ ਦੀ ਜਾਨ ਦੇ ਸੌਦੇ ਨਹੀਂ ਕਰੀਦੇ ਰੇ ਨਾਲੇ ਤੈਨੂੰ ਲੋਕਾਂ ਦੇ ਜਵਾਕਾਂ ਨੂੰ ਡਰੱਗ ਤੇ ਲਾਉਣ ਦਾ ਬੜਾ ਸ਼ੌਂਕ ਹੈ ਨਾ ਹੈ ਨਾ ਤੇਰੀ ਕਸਰ ਅੱਜ ਮੈਂ ਪੂਰੀ ਕਰਦਾ ਮੈਂ ਤਾਂ ਧਰਤੀ ਘੁਮਾ ਦੂੰ ਅਸਮਾਨ ਟਿਕਾ ਦੂੰ ਸਮੁੰਦਰ ਪਾੜ ਦੂੰ ਤੇ ਤੈਨੂੰ ਸ਼ਾਨ ਦੂੰ ਮੈਨੂੰ ਬਾਅਦ ਚ ਛਾਣੀ ਪਹਿਲਾਂ ਖਿੱਚਣੂ ਬਹੁਤ ਲੋਕਾਂ ਦੇ ਜਵਾਕਾਂ ਨੂੰ ਡਰੱਗ ਤੇ ਲਾਇਆ ਨਾ ਦੇਖ ਇਹਦਾ ਸਵਾਦ ਕਿੱਦਾਂ ਹੁੰਦਾ ਖਿੱਚ ਹੋਰ ਖਿੱਚ ਓਏ ਬਹੁਤ ਲੋਕਾਂ ਦੇ ਜਵਾਕਾਂ ਨੂੰ ਡਰੱਗ ਖਲਾਈ ਆ ਨਾ ਪਤਾ ਲੱਗੂ ਹੁਣ ਜਦੋਂ ਆਪਦੀ ਮੌਤ ਆਈ ਖਿੱਚ ਸੁਣ ਜਦੋਂ ਬੰਦੂਕ ਹੱਥ ਵਿੱਚ ਹੋਵੇ ਦਿਖਾਈ ਦੀ ਨਹੀਂ ਚਲਾਈ ਦੀ ਹੈ ਗੋਲੀ ਮਾਰ ਤੈਨੂੰ ਮੈਂ ਨਹੀਂ ਉਹ ਮਾਰੂਗਾ ਜਿਹਨੂੰ ਤੂੰ ਜਿਉਂਦੇ ਜੀ ਮਾਰਿਆ ਹੈ ਕਰਮੇ ਮਾਂਬਾ ਰਿਕ ਵੇਅਰ ਯੂ ਗਾਈਸ ਰਿਕ ਮਾਂਬਾ ਹੈਰੀ ਤੂੰ ਹਾਂ ਮੈਂ ਤੈਨੂੰ ਕੀ ਲੱਗਦਾ ਸੀ ਕਿ ਤੂੰ ਰੱਬ ਬਣ ਗਿਆ ਲੋਕਾਂ ਦੀਆਂ ਜ਼ਿੰਦਗੀਆਂ ਦੇ ਫੈਸਲੇ ਕਰੇਗਾ ਹਲੇ ਵੀ ਸੋਚ ਲੈ ਤੇ ਮੇਰੀ ਗੱਲ ਮੰਨ ਲੈ ਤੇਰੀ ਜ਼ਿੰਦਗੀ ਬਖਸ਼ ਦੂੰਗਾ ਇੱਕ ਤਾਂ ਤੁਹਾਡੀ ਭਰਾਵਾਂ ਦੀ ਬੜੀ ਗੰਦੀ ਆਦਤ ਆ ਮੌਤ ਸਿਰ ਤੇ ਹੁੰਦੀ ਆ
ਤੇ ਗੱਲਾਂ ਦੂਜਿਆਂ ਦੀ ਜ਼ਿੰਦਗੀ ਦੇ ਫੈਸਲੇ ਦੀਆਂ ਕਰਦੇ ਹੋ। ਕੀ ਲੱਗਦਾ ਤੁਹਾਨੂੰ ਦੋਹਾਂ ਨੂੰ? ਮੈਨੂੰ ਮਾਰ ਕੇ ਤੁਸੀਂ ਬਚ ਜਾਓਗੇ, ਪੁਲਿਸ ਤੁਹਾਨੂੰ ਛੱਡ ਦੋਗੀ? ਨਾਲੇ ਜੇ ਤੁਸੀਂ ਮੈਨੂੰ ਅੰਦਰ ਵੀ ਕਰਾ ਦਿੰਦੇ ਹੋ ਤਾਂ ਕੀ ਸਬੂਤ ਹੈ ਤੁਹਾਡੇ ਕੋਲ ਕਿ ਇਹ ਸਭ ਮੇਰਾ ਕੀਤਾ ਕਰਾਇਆ ਹੈ? ਸਬੂਤ? ਅਰਬੀ, ਤੈਨੂੰ ਕੀ ਲੱਗਦਾ ਇਹ ਖੇਲ ਸਿਰਫ ਤੈਨੂੰ ਖੇਡਣੇ ਆਉਂਦੇ ਨੇ? ਉਹ ਸਾਡੀਆਂ ਮਜਬੂਰੀਆਂ ਸੀ ਜਿਹੜੇ ਤੂੰ ਸਾਥੋਂ ਪੁੱਠੇ ਸਿੱਧੇ ਕੰਮ ਕਰਵਾਉਂਦਾ ਰਿਹਾ, ਹੁਣ ਸਾਡੀ ਕੋਈ ਮਜਬੂਰੀ ਨਹੀਂ। ਨਾਲੇ ਕਹਿੰਦੇ ਨੇ ਜੱਟ ਜਦੋਂ ਜੁਗਾੜ ਲਾਉਂਦਾ ਨਾ ਚਾਰੇ ਪਾਸਿਓਂ ਲਾਉਂਦਾ। ਚਾਚਾ, ਅਰਬੀ ਨੇ ਆਪਣੇ ਕੁੱਤੇ ਖੁੱਲੇ ਛੱਡਣੇ ਸ਼ੁਰੂ ਕਰਤੇ। ਹੈਰੀ, ਤੂੰ ਜ਼ਿੰਦਗੀ 'ਚ ਬਹੁਤ ਜਲਦੀ ਫੈਸਲੇ ਲੈ ਲੈਂਦਾ। ਬੁਝਾਤਾ ਜੀ ਨਾ ਪਾ, ਸਾਫ਼ ਸਾਫ਼ ਦੱਸ ਕੀ ਕਹਿਣਾ ਚਾਹੁੰਦਾ। ਜੋ ਤੂੰ ਦੇਖ ਰਿਹਾ ਸੱਚ ਉਹ ਨਹੀਂ, ਸੱਚ ਕੁਛ ਹੋਰ ਹੈ। ਉਹ ਆਪਣੇ ਤੋਤੇ ਨੂੰ ਹੱਥੋਂ ਉੱਡਦਾ ਦੇਖ ਅਰਬੀ ਨੇ ਤੇਰੇ ਟੱਬਰ ਦੀ ਮੌਤ ਦੀ ਝੂਠੀ ਖਬਰ ਫੈਲਾਈ ਸੀ, ਤੇਰੀ ਤਾਈ ਨੂੰ ਪੈਸਿਆਂ ਦਾ ਲਾਲਚ ਦੇ ਕੇ, ਔਰ ਤੂੰ ਮੰਨ ਗਿਆ। ਤੇ ਨਾਲੇ ਇੱਕ ਗੱਲ ਹੋਰ ਸੁਣ ਲੈ, ਇੱਕ ਜੋਤ ਨੂੰ ਗੋਲੀ ਅਰਬੀ ਦੇ ਛੋਟੇ ਭਰਾ ਰਿਕ ਨੇ ਮਾਰੀ ਸੀ ਅਰਬੀ ਦੇ ਕਹਿਣ ਤੇ। ਹਰਜੋਤ, ਇਹ ਝੂਠ ਬੋਲਦਾ, ਇਹਦਾ ਯਕੀਨ ਨਾ ਕਰੀ। ਉਹ ਸੱਚਾਈ ਤੋਂ ਤਾਂ ਤੂੰ ਵੀ ਬਹੁਤ ਦੂਰ ਹੈ ਕਰਮਿਆ। ਤੇਰੀ ਭੈਣ ਨੂੰ ਵੀ ਗੋਲੀ ਅਰਬੀ ਦੇ ਭਰਾ ਮੰਬਾ ਨੇ ਮਾਰੀ ਸੀ ਰਿਕ ਦੇ ਕਹਿਣ ਤੇ। ਚਾਚਾ, ਗੁਰੂ ਘਰ ਆ, ਨਹੀਂ ਤਾਂ ਕਰਮੇ ਅਸੀਂ ਕਿੱਦਾਂ ਯਕੀਨ ਕਰੀਏ ਤੇਰਾ ਕਿ ਤੂੰ ਸੱਚ ਬੋਲ ਰਿਹਾ? ਸੱਚ? ਮੇਰਾ ਸੱਚ, ਅਰਬੀ ਨਾਲ ਜਿੰਨੀ ਦੁਸ਼ਮਣੀ ਤੁਹਾਡੇ ਦੋਹਾਂ ਦੀ ਹੈ ਉਸ ਤੋਂ ਕਿਤੇ ਵੱਧ ਅਰਬੀ ਨਾਲ ਮੇਰੀ ਹੈ। ਅਰਬੀ ਦੀ ਜਿਹੜੀ ਜ਼ਹਿਰ ਨਾਲ ਤੁਹਾਡੇ ਦੋਹਾਂ ਦੀ ਜ਼ਿੰਦਗੀ ਬਰਬਾਦ ਹੋਈ ਹੈ, ਉਸੇ ਜ਼ਹਿਰ ਨਾਲ ਮੈਥੋਂ ਮੇਰਾ ਪੁੱਤਰ ਖੋਇਆ। ਮੈਂ ਤਾਂ ਮੌਕੇ ਦੀ ਤਾਕ 'ਚ ਸੀ ਕਿ ਕਦ ਮੈਨੂੰ ਮੌਕਾ ਮਿਲੇ ਤੇ ਮੈਂ ਅਰਬੀ ਤੋਂ ਬਦਲਾ ਲਵਾਂ, ਤੇ ਅੱਜ ਉਹ ਮੌਕਾ ਮੈਨੂੰ ਤੁਹਾਡੇ ਦੋਹਾਂ ਦੀਆਂ ਅੱਖਾਂ 'ਚ ਨਜ਼ਰ ਆ ਰਿਹਾ। ਜੇ ਅਜੇ ਵੀ ਤੁਹਾਨੂੰ ਮੇਰੇ 'ਤੇ ਯਕੀਨ ਨਹੀਂ ਹੈ ਤਾਂ ਜਾਓ, ਜਾਓ ਕਹਿ ਦਿਓ ਅਰਬੀ ਨੂੰ, ਜਾਓ ਦੱਸ ਦਿਓ ਜਾ ਕੇ। ਚਾਚਾ, ਜੇ ਗੱਲ ਹੈ ਤਾਂ ਫਿਕਰ ਨਾ ਕਰ, ਫਿਰ ਜਿੱਦਾਂ ਅਸੀਂ ਕਵਾਂਗੇ ਉਦਾਂ ਹੀ ਕਰੀ। ਅਰਬੀ, ਤੇਰੀ ਲੰਕਾ ਤਾਂ ਭਵਿਸ਼ ਨੇ ਢਾਤੀ। ਚਾਚਾ, ਤੂੰ? ਮੈਂ ਤਾਂ ਤੈਨੂੰ ਹਮੇਸ਼ਾ ਆਪਣਾ ਰੱਬ ਸਮਝਦਾ ਰਿਹਾ। ਓਏ ਰੱਬ, ਮੈਂ ਕਦੋਂ ਤੂੰ ਤੇਰਾ ਰੱਬ ਬਣ ਗਿਆ? ਤੂੰ ਤਾਂ ਰੱਬ ਅਰਬੀ ਹਮੇਸ਼ਾ ਪੈਸੇ ਨੂੰ ਸਮਝਿਆ, ਪੈਸੇ ਨੂੰ, ਜਿਹਦੀ ਖਾਤਰ ਤੂੰ ਪਤਾ ਨੀ ਕਿੰਨੇ ਲੋਕਾਂ ਦੀਆਂ ਜ਼ਿੰਦਗੀਆਂ 'ਚ ਜ਼ਹਿਰ ਘੋਲਦਾ ਰਿਹਾ। ਉਸੇ ਜ਼ਹਿਰ ਨੇ ਮੈਥੋਂ ਮੇਰਾ ਜਵਾਨ ਪੁੱਤ ਵੀ ਖੋਲਿਆ, ਅਤੇ ਮੈਂ ਤੇਰੇ ਘਰ ਕੁੱਤਾ ਬਣ ਕੇ ਜਿਉਂਦਾ ਰਿਹਾ ਐਸ ਉਡੀਕ ਦੇ ਵਿੱਚ ਤਾਂ ਕਿ ਤੈਨੂੰ ਸਮਾਂ ਆਉਣ ਤੇ ਵੱਢ ਸਕਾਂ, ਤੇ ਅੱਜ ਸਮਾਂ ਆ ਗਿਆ ਉਸ ਕੁੱਤੇ ਦੇ ਵੱਢਣ ਦਾ। ਨਹੀਂ ਚਾਚਾ, ਇਹਦਾ ਫੈਸਲਾ ਕਾਨੂੰਨ ਕਰੂਗਾ। ਕਰਮੇ, ਆ ਬਾਈ, ਕਰਦੇ ਨੂੰ ਪੁਲਿਸ ਦੇ ਹਵਾਲੇ। ਚੱਲ ਬਈ, ਪਹੁੰਚ ਉੱਧਰ, ਕੀ ਵੇਖਦਾ ਸਿੱਧਾ ਚੱਲ।
सरकारी गवाह बन मैं ते करमे ने आरबी नूं पुलिस दे हवाले कर दिता ते असीं दोनों ड्रग दे इस दलदल चों बाहर निकल आए। करमे वीर आरबी दा साबता हो गया हुण छेती छेती मैनू पंजाब भेज दे यार उत्थे पता नहीं मेरी फैमिली दा की हाल होना है। चंगा किता वीरे ले ले आए आए टाल सकता हरजोत पुत्र चाचा की पैना वर्त गया हौसला रख पुत्र हौसला चाचा सच सच दस मैनू मेरे जान पिछो मेरे परिवार नाल की पैना वर्तिया सी हुण तां बहुत देर हो गई पुत्रा तुहाडी सारी जमीन ते तुहाडे घर दे कागज़ बैंक वालिआं ने जब्त कर लए ते इस सदमे करके तेरा बापू बीमार हो गया ਉਹਨੂੰ ਕੈਂਸਰ ਦੀ ਬਿਮਾਰੀ ਲੱਗ ਗਈ ਤੇ ਇਸ ਬਿਮਾਰੀ ਨੇ ਉਹਦੀ ਜਾਨ ਲੈ ਲਈ ਪੁੱਤਰਾ ਤੇ ਤੇਰੇ ਬਾਪੂ ਦੇ ਕੰਮ ਨੇ ਤੇਰੀ ਬੇਬੇ ਨੂੰ ਬਿਮਾਰ ਕਰਤਾ ਤੇ ਤੇਰੀ ਬੇਬੇ ਵਿਚਾਰੀ ਆਪਣੇ ਕੰਮ ਦੀ ਲੜਾਈ ਲੜਦੀ ਲੜਦੀ ਮਰ ਗਈ ਪੁੱਤਰਾ ਤੇ ਚਾਚਾ ਮੇਰਾ ਛੋਟਾ ਭਰਾ ਕਿੱਥੇ ਹੈ ਢੋਲੂ ਤੇਰੇ ਆਉਂਦਾ ਉਹਨੂੰ ਬੜਾ ਚਾਅ ਸੀ ਸਾਰਾ ਦਿਨ ਪਿੰਡ ਚ ਕਹਿੰਦਾ ਸੀ ਮੇਰਾ ਵੀਰਾ ਆਵੇਗਾ ਮੇਰਾ ਵੀਰਾ ਜ਼ਰੂਰ ਆਵੇਗਾ ਇੱਕ ਦਿਨ ਇਹੋ ਜਿਹੇ ਭੈੜੇ ਬੰਦੇ ਨੇ ਉਹਨੂੰ ਮਿਹਣਾ ਮਾਰਿਆ ਤੇਰਾ ਵੀਰਾ ਕਦੇ ਨਹੀਂ ਆਵੇਗਾ ਤੇਰਾ ਵੀਰਾ ਕਦੇ ਨਹੀਂ ਆਵੇਗਾ ਇਹ ਗੱਲ ਸੁਣ ਕੇ ਉਹ ਉੱਠ ਕੇ ਭੱਜਿਆ ਤੇ ਬੱਸ ਥੱਲੇ ਆ ਕੇ ਆਪਣੀ ਜਾਨ ਦੇ ਬੈਠਾ ਮੈਂ ਤਾਂ ਤੈਨੂੰ ਲੱਭਣ ਕਨੇਡਾ ਵੀ ਗਿਆ ਸਾ ਪੁੱਤ ਬਹੁਤ ਧੱਕੇ ਖਾਧੇ ਪਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਕੌਣ ਮੈਂ ਹਰਜੋਤ ਦਾ ਚਾਚਾ ਜੀ ਇੰਡੀਆ ਤੋਂ ਆਇਆ ਹਰਜੋਤ ਨੂੰ ਮਿਲਣਾ ਸੀ ਜਿੱਥੇ ਤੱਕ ਮੇਰਾ ਖਿਆਲ ਹੈ ਹਰਜੋਤ ਨਾਂ ਦਾ ਬੰਦਾ ਤਾਂ ਸਾਡੇ ਕੋਈ ਕੰਮ ਨਹੀਂ ਕਰਦਾ ਇੰਡੀਆ 'ਚੋਂ ਦਾ ਫੋਨ ਆਇਆ ਸੀ ਕਿ ਮੈਂ ਆਰਬੀ ਟਰਾਂਸਪੋਰਟ 'ਚ ਕੰਮ ਕਰਦਾ ਦੇਖੋ ਜੀ ਕੈਨੇਡਾ ਬਹੁਤ ਵੱਡਾ ਮੁਲਕ ਹੈ ਇੱਥੇ ਆਰਬੀ ਵੀ ਕਈ ਨੇ ਅਤੇ ਟਰਾਂਸਪੋਰਟਾਂ ਵੀ ਕਈ ਨੇ ਕੋਈ ਜ਼ਰੂਰੀ ਕੰਮ ਸੀ ਹਾਂਜੀ ਦੇਖੋ ਜੀ ਮੈਂ ਆਲੇ ਦੁਆਲੇ ਪਤਾ ਕਰ ਦਾਂਗਾ ਜੇ ਕਿਸੇ ਟਰਾਂਸਪੋਰਟ 'ਚ ਉਹ ਕੰਮ ਕਰਦਾ ਹੋਇਆ ਜੇ ਲੱਭਾ ਦੱਸ ਦਿਓ ਕੀ ਕਹਾਂ ਮੇਰਾ ਇੱਕ ਸੁਨੇਹਾ ਦੇ ਦਿਓ ਜੀ ਦੱਸੋ ਕਿ ਇੰਡੀਆ 'ਚੋਂ ਦੇ ਮਾਂ ਪਿਓ ਸਵਰਗਵਾਸ ਹੋ ਗਏ ਨੇ ਇਹੀ ਸੁਨੇਹਾ ਦੇਣ ਲਈ ਮੈਂ ਇੰਡੀਆ ਤੋਂ ਆਇਆ ਬਹੁਤ ਮਿਹਰਬਾਨੀ ਤੁਸੀਂ ਫਿਕਰ ਨਾ ਕਰੋ ਮੈਂ ਪੂਰੀ ਕੋਸ਼ਿਸ਼ ਕਰਾਂਗਾ ਰੱਬ ਤੁਹਾਡਾ ਭਲਾ ਕਰੇ ਪਰ ਹਰਜੋਤ ਤਾਂ ਇੱਥੇ ਹੀ ਕੰਮ ਕਰਦਾ ਹੈ ਨਾ ਹਰਜੋਤ ਨਹੀਂ ਹੈਰੀ ਕੰਮ ਕਰਦਾ ਇੱਥੇ ਤੇ ਤੈਨੂੰ ਕਿੰਨੀ ਵਾਰੀ ਕਿਹਾ ਆਪਣੇ ਕੰਮ ਨਾਲ ਕੰਮ ਰੱਖਿਆ ਕਰ ਤੇ ਇਹ ਜਾ ਕੇ ਰਿਸੈਪਸ਼ਨ ਤੇ ਵੀ ਕਹਿ ਦੇ ਕੋਈ ਮੇਰੇ ਤੋਂ ਬਿਨਾਂ ਪੁੱਛੇ ਕੋਈ ਅਪੁਆਇੰਟਮੈਂਟ ਨਾ ਦੇਵੇ ਨਾ ਕੋਈ ਮੈਨੂੰ ਮਿਲਣ ਆਵੇ ਔਰ ਇੱਕ ਗੱਲ ਦਾ ਖਿਆਲ ਰੱਖੀ ਤੂੰ ਕੈਨੇਡਾ 'ਚ ਹਲੀ ਪੱਕੀ ਨਹੀਂ ਹੋਈ ਬਹੁਤ ਲੱਭਣ ਲਭਾਉਣ ਤੋਂ ਬਾਅਦ ਵੀ ਤੇਰਾ ਕੋਈ ਪਤਾ ਨਹੀਂ ਲੱਗਾ ਪੁੱਤਰਾ
ਅੱਜ ਜਦ ਤੂੰ ਇੰਡੀਆ ਆਇਆ ਤੇ ਤੇਰੀ ਨਿੰਮੀ ਭੈਣ ਤੇਰੇ ਹੱਥਾਂ ਸੀ ਸਾਹ ਪੂਰੇ ਕਰ ਗਈ ਪੁੱਤਰਾ ਮੈਂ ਤਾਂ ਕਹਿੰਦਾ ਪੁੱਤਰਾ ਤੂੰ ਜਿੱਥੋਂ ਆਇਆ ਉੱਥੇ ਵਾਪਸ ਚਲਾ ਜਾ ਇਸੇ 'ਚ ਹੀ ਤੇਰੀ ਭਲਾਈ ਹੈ ਹਰਜੋਤ ਆ ਤੇਰੇ ਬਾਪੂ ਦੀ ਅਮਾਨਤ ਆ ਤੇਰੀ ਨੀਵੀਂ ਭੈਣ ਦੇ ਕਹਿਣੇ ਤੇਰੇ ਛੋਟੇ ਭਰਾ ਦੀ ਬੋਲੀ ਲੈ ਵੀਰੇ ਜੇ ਇਹਨਾਂ ਨਾਲ ਕੋਈ ਗੱਲ ਬਣਦੀ ਹੈ ਤਾਂ ਲੈ ਵੀਰੇ ਮੇਰੇ ਕੋਲ ਵੀ ਕੁਝ ਪੈਸੇ ਨੇ ਇਹ ਤੂੰ ਰੱਖ ਲੈ ਮੇਰੇ ਪਰਿਵਾਰ ਨੇ ਮੇਰੀ ਜ਼ਿੰਦਗੀ ਬਣਾਉਣ ਲਈ ਆਪਣੇ ਜੀਵਨ ਦਾ ਖਾਤਮਾ ਕਰਤਾ ਅਤੇ ਮੈਂ ਉਹਨਾਂ ਨੂੰ ਬਚਾਉਣ ਲਈ ਕੁਛ ਵੀ ਨਾ ਕਰ ਸਕਿਆ ਬਸ ਇਹੀ ਸੀ ਮੇਰੀ ਕਹਾਣੀ ਹੁਣ ਮੇਰੇ ਮਨ ਨੂੰ ਇਹ ਚਿਤਵਣੀ ਲੱਗੀ ਹੋਈ ਆ ਕਿ ਕਾਸ਼ ਇਹਨਾਂ ਤੋਂ ਇਹਨਾਂ ਦਾ ਬੀਤਿਆ ਜਿਹੜਾ ਵਕਤ ਹੈ ਉਹ ਨਾ ਪੁੱਛਦੇ ਜਿਉਂ ਜਿਉਂ ਸਰਦਾਰ ਸਾਹਿਬ ਬੋਲ ਰਹੇ ਸੀ ਤਿਉਂ ਤਿਉਂ ਮੈਂ ਬੈਠਾ ਸੋਚ ਰਿਹਾ ਸੀ ਕਿ ਵਕਤ ਦਾ ਮਾਰਿਆ ਬੰਦਾ ਕੀ ਕਰਦਾ ਪੰਜਾਬ ਛੱਡਿਆ ਪੰਜਾਬ ਤੋਂ ਆ ਕੇ ਇੱਥੇ ਮਾੜੇ ਬੰਦਿਆਂ ਦੇ ਢਹੇ ਚੜ੍ਹ ਕੇ ਆਪਣਾ ਸਾਰਾ ਕੁਝ ਗਵਾ ਬੈਠਾ ਮੈਂ ਚਾਹੁੰਦਾ ਕਿ ਅਸੀਂ ਇੱਕ ਅਜਿਹਾ ਸਮਾਜ ਸਿਰਜੀਏ ਤਾਂ ਜੋ ਇਹ ਸਭ ਕੁਝ ਕਿਸੇ ਹੋਰ ਹਰਜੋਤ ਨਾਲ ਨਾ ਵਾਪਰੇ ਹੁਣ ਸਭ ਤੋਂ ਪਹਿਲਾਂ ਅਸੀਂ ਆਪਣੇ ਜਵਾਕ ਸਾਂਭੀਏ ਜੇ ਬੱਚਾ ਤੁਹਾਡੇ ਨਾਲ ਹੋਵੇ ਤੁਸੀਂ ਉਹਦੇ ਨਾਲ ਦੁੱਖ ਸੁੱਖ ਕਰੋ ਤੁਹਾਡਾ ਉਹਦੇ ਵਿੱਚ ਮੇਲ ਮਿਲਾਪ ਅਤੇ ਕਮਿਊਨੀਕੇਸ਼ਨ ਹੋਵੇ ਤਾਂ ਬੱਚਾ ਕਿਤੇ ਨਹੀਂ ਜਾਂਦਾ ਉਹਨੂੰ ਸਕੂਲ ਛੱਡੋ ਸਕੂਲ ਤੋਂ ਲੈ ਕੇ ਆਓ ਅਤੇ ਉਹਨੂੰ ਖਿਡਾਉਣ ਲਿਜਾਓ ਉਹਨੂੰ ਟਿਊਸ਼ਨ 'ਤੇ ਲੈ ਕੇ ਜਾਓ ਮਾਂ ਉਹਦਾ ਹਰ ਵੇਲੇ ਖਿਆਲ ਰੱਖੇ ਜੇ ਮਾਂ ਕੰਮ ਕਰਦੀ ਹੈ ਤਾਂ ਪਿਓ ਸਾਂਭੇ ਨਹੀਂ ਤਾਂ ਇਹੋ ਜਿਹੇ ਮਾੜੇ ਬੰਦਿਆਂ ਦੇ ਹੱਥ ਚੜ੍ਹ ਕੇ ਜਿੱਥੇ ਆਪਣੀ ਉਹ ਬੱਚਾ ਜ਼ਿੰਦਗੀ ਬਰਬਾਦ ਕਰ ਰਿਹਾ ਉੱਥੇ ਸਮਾਜ ਦੇ ਵਿੱਚ ਵੀ ਕੋੜ ਫੈਲਾ ਰਿਹਾ ਪਰ ਦੋਸਤੋ ਇਹਦੇ ਵਿੱਚ ਇਹਨਾਂ ਦਾ ਕੋਈ ਦੋਸ਼ ਨਹੀਂ ਇਹ ਤਾਂ ਇੱਕ ਸਟੇਸ਼ਨ ਤੋਂ ਦੂਸਰੇ ਸਟੇਸ਼ਨ ਤੱਕ ਕੰਮ ਕਰਨ ਵਾਲੇ ਕੋਰੀਅਰ ਨੇ ਅਸਲੀ ਦੋਸ਼ੀਆਂ ਦਾ ਤਾਂ ਸਾਨੂੰ ਪਤਾ ਹੀ ਨਹੀਂ ਜਿਹੜਾ ਸਾਰਾ ਕੁਝ ਇਹਨਾਂ ਤੋਂ ਕਰਵਾ ਰਹੇ ਨੇ ਅਤੇ ਸਾਨੂੰ ਵਰਗਲਾ ਰਹੇ ਨੇ ਅਤੇ ਬਰਬਾਦ ਕਰ ਰਹੇ ਨੇ ਉਸ ਨਾਮ ਨੂੰ ਖਰਾਬ ਕਰ ਰਹੇ ਨੇ ਜਿਹੜਾ ਅਸੀਂ ਔਖਾ ਕਮਾਇਆ ਜੇ ਉਹ ਨਾਮ ਬਰਕਰਾਰ ਰੱਖਣਾ ਤਾਂ ਪਹਿਲਾਂ ਆਪਣੇ ਟੱਬਰਾਂ ਨੂੰ ਸਾਂਭਣਾ ਪੈਣਾ ਆਪਣੇ ਪਰਿਵਾਰ ਦਾ ਖਿਆਲ ਰੱਖਣਾ ਪੈਣਾ ਸਾਰੇ ਖਰਚੇ ਘਟਾਓ ਵੱਡੇ ਘਰ ਅਤੇ ਵੱਡੀਆਂ ਕੋਠੀਆਂ ਵੱਡੀਆਂ ਕਾਰਾਂ ਛੱਡ ਕੇ ਆਪਣੇ ਜਵਾਕ ਪੜਾਓ ਤਾਂ ਜੋ ਅਸੀਂ ਆਪਣਾ ਸੁਨਹਿਰੀ ਭਵਿੱਖ ਜਿਹੜਾ ਕਿ ਆਉਣ ਵਾਲਾ ਉਹਨੂੰ ਸਿਰਜ ਸਕੀਏ ਇਸ ਧਰਤ 'ਤੇ ਜਿੱਥੇ ਅੱਜ ਤੋਂ 104 ਵਰੇ ਪਹਿਲਾਂ ਕਾਮਾਗਾਟਾ ਮਾਰੂ 'ਚ ਸਾਡੇ ਪੁਰਖੇ ਮੋੜੇ ਗਏ ਉਸ ਧਰਤ ਦੇ ਉੱਪਰ ਅਸੀਂ ਸਿਰ ਚੱਕ ਕੇ ਜੀ ਸਕੀ ਧੰਨਵਾਦ ਹਰਮਨ ਕੀ ਹੋ ਗਿਆ ਕੁਛ ਨਹੀਂ ਸਿਮਰਨ ਜਿਸ ਕਰਤਾ ਮੈਨੂੰ ਸ਼ੱਕ ਸੀ ਉਹ ਯਕੀਨ ਵਿੱਚ ਬਦਲ ਗਿਆ ਤੈਨੂੰ ਕਿਹਾ ਸੀ ਨਾ ਕਿ ਇਹਨਾਂ ਦਾ ਚਿਹਰਾ ਮੈਨੂੰ ਕਿਸੇ ਦੀ ਯਾਦ ਦਿਵਾਉਂਦਾ ਇਸੇ ਲਈ ਮੈਂ ਇਹਨਾਂ ਦੀ ਕਹਾਣੀ ਸੁਣਨਾ ਚਾਹੁੰਦਾ ਸੀ ਛੱਡ ਕੁਛ ਅਧੂਰੇ ਕੰਮ ਨੇ ਜੋ ਹਾਲੇ ਮੈਂ ਪੂਰੇ ਕਰਨੇ ਨੇ ਤੈਨੂੰ ਫੇਰ ਮਿਲਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਮੇਰੇ ਕਹਿਣ ਤੇ ਸਾਡੇ ਸਾਰਿਆਂ ਨਾਲ ਆਪਣੀ ਕਹਾਣੀ ਸਾਂਝੀ ਕੀਤੀ ਕਹਾਣੀਆਂ ਤਾਂ ਪੁੱਤ ਸਭ ਦੀਆਂ ਹੁੰਦੀਆਂ ਕੋਈ ਸੁਣਾ ਦਿੰਦਾ ਤੇ ਕੋਈ ਦਿਲ ਚ ਰੱਖ ਲੈਂਦਾ ਮੇਰੀ ਇੱਕ ਹੋਰ ਗੱਲ ਮੰਨੋਗੇ ਦੱਸ ਪੁੱਤ ਗੁਰੂ ਘਰ ਚਲੋਗੇ ਮੇਰੇ ਨਾਲ ਚੱਲ ਪੁੱਤ
ਸਤਨਾਮ ਸ਼੍ਰੀ ਵਾਹਿਗੁਰੂ। ਉਤਰਿਆ ਤੁਸੀਂ ਚੱਲੋ, ਮੈਂ ਗੱਡੀ ਲਾ ਕੇ ਆਉਂਦਾ। ਸੱਚੇ ਪਾਤਸ਼ਾਹ ਵਾਹਿਗੁਰੂ ਦੋ ਵਿਛੜਿਆਂ ਨੂੰ ਮਿਲਾ ਦਈਆਂ ਜੀ। ਸੁਖ ਤੂੰ? ਹਾਂ, ਮੈਂ ਤੇਰੀ ਨਿਮਾਣੀ ਚ ਸੁਖ। ਕਿੱਥੇ ਗਵਾਚ ਗਿਆ ਸੀ? ਕਿੱਥੇ ਗਵਾਚਣਾ ਸੀ ਸੁਖ? ਸੁਖ ਤੂੰ ਘਰੋਂ ਕੀ ਚਲੀ ਗਈ? ਜ਼ਿੰਦਗੀ ਨੇ ਜਿੰਨੇ ਵੀ ਰਾਹ ਦਿਖਾਏ ਸਭ ਕੰਡਿਆਂ ਵਾਲੇ, ਬਸ ਉਹਨਾਂ ਕੰਡਿਆਂ ਵਿੱਚ ਹੀ ਗਵਾਚ ਗਿਆ ਸੀ। ਤੈਨੂੰ ਸਾਰੀ ਜ਼ਿੰਦਗੀ ਚ ਮੇਰੀ ਇੱਕ ਵਾਰ ਯਾਦ ਨਹੀਂ ਆਈ। ਔਖੇ ਵੇਲੇ ਵਿੱਚ ਆਪਣਿਆਂ ਦੇ ਹੋਣ ਦਾ ਅਹਿਸਾਸ ਕਰਵਾਇਆ। ਹਰਮਨ, ਹਰਜੋਤ ਤੂੰ ਉਹਨੂੰ ਨਹੀਂ ਪਹਿਚਾਣਿਆ? ਉਹੀ ਤਾਂ ਤੇਰੀ ਮੇਰੇ ਕੋਲ ਇੱਕ ਆਖਰੀ ਨਿਸ਼ਾਨੀ ਸੀ ਜਿਹਦੇ ਸਹਾਰੇ ਮੈਂ ਸਾਰੀ ਜ਼ਿੰਦਗੀ ਕੱਟ ਰਹੀ ਸੀ। ਹਰਮਨ ਸਾਡਾ ਮੁੰਡਾ ਹੈ। ਮੇਰੇ ਮਾਲਕਾ ਤੇਰਾ ਲੱਖ ਲੱਖ ਸ਼ੁਕਰ, ਤੇਰੇ ਰੰਗ ਨਿਆਰੇ। ਹਰਜੋਤ ਹੁਣ ਤਾਂ ਨਹੀਂ ਮੈਨੂੰ ਛੱਡ ਕੇ ਜਾਏਗਾ? ਨਹੀਂ ਸੁਖ, ਹੁਣ ਭਾਵੇਂ ਮੇਰੀ ਜ਼ਿੰਦਗੀ ਦੇ ਸਾਹ ਮੇਰਾ ਸਾਥ ਛੱਡ ਜਾਣ, ਪਰ ਮੈਂ ਤੇਰਾ ਸਾਥ ਕਦੇ ਨਹੀਂ ਛੱਡ ਕੇ ਜਾਵਾਂਗਾ। ਰੀਤਾਂ ਤੋਂ ਮਜਬੂਰੀ ਨਾ ਹੋ ਗਏ, ਜੋ ਦਿਲ ਦੇ ਕਰੀਬ ਸੀ ਉਹ ਦੂਰੀ ਨਾ ਹੋ ਗਏ। ਕਿਨੂੰ ਕਿਨੂੰ ਜਾ ਕੇ ਦੱਸਾਂ, ਕਿਨੂੰ ਕਿਨੂੰ ਜਾ ਕੇ ਦੱਸਾਂ, ਮਜਬੂਰੀਆਂ ਬਰਬਾਦ ਸਾਥੋਂ ਸਈਆਂ ਨਹੀਂ ਉਹ ਜਾਂਦੀਆਂ, ਦੂਰੀਆਂ ਬਰਬਾ ਸਾਥੋਂ ਸਈਆਂ ਨਹੀਂ ਉਹ ਜਾਂਦੀਆਂ, ਇਹ ਦੂਰੀਆਂ ਬਰਬਾ
ਬੜਾ ਤੜਫਾਇਆ ਏ ਜ਼ਿੰਦਗੀ ਚ ਦੱਸ ਏ ਮੋੜ ਕਾਹਨੂੰ ਆਇਆ ਏ ਸਾਨੂੰ ਉਹਦੇ ਪਿਆਰ ਨੇ ਬੜਾ ਤੜਫਾਇਆ ਏ ਜ਼ਿੰਦਗੀ ਚ ਦੱਸ ਏ ਮੋੜ ਕਾਹਨੂੰ ਆਇਆ ਰਲੀ ਖਾਦੀਆਂ ਜੋ ਕਸਮਾਂ ਖਾਦੀਆਂ ਜੋ ਕਸਮਾਂ ਅਧੂਰੀਆਂ ਬਰਬਾ ਸਾਥੋਂ ਸਹੀਆਂ ਨਹੀਂ ਉਹ ਜਾਂਦੀਆਂ ਅਧੂਰੀਆਂ ਬਰਬਾ ਸਾਥੋਂ ਸਹੀਆਂ ਨਹੀਂ ਉਹ ਜਾਂਦੀਆਂ ਅਧੂਰੀਆਂ ਬਰਬਾ ਸਾਥੋਂ ਸਹੀਆਂ ਨਹੀਂ ਉਹ ਜਾਂਦੀਆਂ ਅਧੂਰੀਆਂ ਬਰਬਾ ਆ ਗਈ ਏ ਫਰਾਈਡੇ ਵਾਲੀ ਨਾਈਟ ਮਿੱਤਰੋ ਐਵੇਂ ਕਾਤੋਂ ਬੈਠੇ ਆ ਕੁਆਈਟ ਮਿੱਤਰੋ ਆ ਗਈ ਏ ਫਰਾਈਡੇ ਵਾਲੀ ਨਾਈਟ ਮਿੱਤਰੋ ਐਵੇਂ ਕਾਤੋਂ ਬੈਠੇ ਆ ਕੁਆਈਟ ਮਿੱਤਰੋ ਬੋਲੀ ਉੱਤੇ ਬੋਲੀ ਪਾਵੋ ਉੱਚੀ ਉੱਚੀ ਹੇਕਾ ਲਾਵੋ ਬੋਲੀ ਉੱਤੇ ਬੋਲੀ ਪਾਵੋ ਉੱਚੀ ਉੱਚੀ ਹੇਕਾ ਲਾਵੋ ਕਰਨੀ ਏ ਗੱਲ ਯਾਰੋ ਖਰੀ ਤੋਂ ਖਰੀ ਲੱਟ ਲਓ ਨਜ਼ਾਰੇ ਪਾ ਲਓ ਮੋਟਾ ਮੋਟਾ ਸਾਰੇ ਦੇਖ ਮੂਡ ਨਜ਼ਾਰੇ ਪਾ ਲਓ ਮੋਟਾ ਮੋਟਾ ਸਾਰੇ ਦੇਖ ਮੂੜ ਜਾ ਬਣਾਉਂਦੀ ਕਿਵੇਂ ਲਾਲ ਜੀ ਭਰੀ ਕੋਈ ਪਰਵਾਨ ਜੇ ਬਾ ਡਾਲਰਾਂ ਨਾ ਫੁੱਲ ਨੇ ਸਖਤ ਕਮਾਈਆਂ ਦੇ ਵੀ ਪੈਂਦੇ ਯਾਰ ਮੁੱਲ ਨੇ ਕੋਈ ਪਰਵਾਨ ਜੇ ਬਾ ਡਾਲਰਾਂ ਨਾ ਫੁੱਲ ਨੇ ਸਖਤ ਕਮਾਈਆਂ ਦੇ ਵੀ ਪੈਂਦੇ ਯਾਰ ਮੁੱਲ ਨੇ ਰੱਬ ਦੀ ਰਜ਼ਾ ਚ ਹੰਬ ਦੇਸ਼ਾਂ ਵਿੱਚ ਰਹਿੰਦੇ ਰੱਬ ਦੀ ਰਜ਼ਾ ਚ ਹੰਬ ਦੇਸ਼ਾਂ ਵਿੱਚ ਰਹਿੰਦੇ ਸਾਨੂੰ ਮਿਹਨਤਾਂ ਦੀ ਰਹਿੰਦੀ ਸਦਾ ਮਸਤੀ ਚੜੀ ਲੱਟ ਲਓ ਨਜ਼ਾਰੇ ਪਾ ਲਓ ਮੋਟਾ ਮੋਟਾ ਸਾਰੇ ਦੇਖ ਮੂਡ ਜਾ ਬਣਾਉਂਦੀ ਕਿਵੇਂ ਲਾਲ ਜੀ ਪਰੀ ਲੱਟ ਲਓ ਨਜ਼ਾਰੇ ਪਾ ਲਓ ਮੋਟਾ ਮੋਟਾ ਸਾਰੇ ਦੇਖ ਮੂਡ ਜਾ ਬਣਾਉਂਦੀ ਕਿਵੇਂ ਲਾਲ ਜੀ ਨਜ਼ਾਰੇ ਪਾ ਲਓ ਮੋਟਾ ਮੋਟਾ ਸਾਰੇ ਦੇਖ ਮੂਡ ਜਾ ਬਣਾਉਂਦੀ